ਹਰਜਿੰਦਰ ਸਿੰਘ ਸੂਰੇਵਾਲੀਆ ਦਾ ਕਹਾਣੀ ਸੰਗ੍ਰਹਿ ਪਾਪਾ ਪਪਾ ਬਰਾੜ ਹੁੰਨੇ ਆਂਦਾ ਅਗਲੀ ਕਹਾਣੀ ਹੈ ਰੱਬ ਵੀ ਵੱਡੀ ਮੰਗਦਾ ਹੈ ਲੋੜੇ ਦੀ ਗਰਮੀ ਪੈ ਰਹੀ ਹੈ ਸੌਣ ਭਾਦੋਂ ਤਾਂ ਵਰਖਾ ਦੇ ਮਹੀਨੇ ਹੁੰਦੇ ਹਨ ਪਰ ਹੁਣ ਤਾਂ ਸੌਣ ਦੇ ਵੀ 20 25 ਦਿਨ ਟੱਪ ਚੁੱਕੇ ਹਨ ਮੀਂਹ ਪਤਾ ਨਹੀਂ ਕਦੋਂ ਧਰਤੀ ਦਾ ਸੀਨਾ ਠਾਰੇਗਾ ਭਾਵੇਂ ਨਹਿਰਾਂ ਟਿਊਬਵੈਲਾਂ ਕਰਕੇ ਫਸਲਾਂ ਨੂੰ ਕੁਝ ਪਾਣੀ ਮਿਲ ਹੀ ਜਾਂਦਾ ਹੈ ਫਿਰ ਵੀ ਫਸਲਾਂ ਸੁੱਕਦੀਆਂ ਹੀ ਨਜ਼ਰ ਆਉਂਦੀਆਂ ਨੀਵੇਂ ਨੀਵੇਂ ਬੱਦਲ ਜੇ ਬਣਦੇ ਹਨ ਪਰ ਫਿਰ ਪਤਾ ਨਹੀਂ ਕਿਹੜੇ ਪਾਸੇ ਜਾ ਨਿਕਲਦੇ ਹਨ ਬੱਦਲ ਹੁੰਦੇ ਆ ਹੀ ਛੋਟੇ ਬੱਚੇ ਮੀਂਹ 'ਚ ਨਹਾਉਣ ਲਈ ਕੱਪੜੇ ਉਤਾਰ ਕੇ ਗਲੀਆਂ 'ਚ ਆ ਜਾਂਦੇ ਤੇ ਵਾਪਸ ਨਿਰਾਸ਼ ਮੁੜ ਜਾਂਦੇ ਹਨ ਰੱਬ ਇਹਨਾਂ ਮਾਸੂਮਾਂ ਦੀ ਵੀ ਨਹੀਂ ਸੁਣਦਾ ਐਤਕੀ ਪਿੰਡ ਦਾ ਛੱਪੜ ਵੀ ਪਾਣੀ ਖੁਣੋਂ ਸੁੱਕਾ ਹੀ ਪਿਆ ਜਿਸ ਛੱਪੜ ਕੰਡੇ ਬੋੜਾਂ ਥੱਲੇ ਅੱਜਕੱਲ ਕੋਇਲ ਦਾ ਮਿੱਠਾ ਗੀਤ ਸੁਣਾਈ ਦਿੰਦਾ ਸੀ ਉੱਥੇ ਕਬਰਸਥਾਨਾਂ ਵਰਗੀ ਚੁੱਪ ਹੈ ਛੱਪੜ ਦਾ ਪਾਣੀ ਸੁੱਕਣ ਕਾਰਨ ਕਿੰਨੇ ਕਿ ਮੱਛੀਆਂ ਮਰ ਰਹੀਆਂ ਹਨ ਤੇ ਉਹਨਾਂ ਦੀ ਬਦਬੂ ਵਾਲੇ ਦੁਆਲੇ ਫੈਲ ਰਹੀ ਹੈ। ਰੇਡੀਓ ਤੋਂ ਖਬਰ ਆਉਂਦੀ ਹੈ ਕਿ ਰਾਜਸਥਾਨ 'ਚ ਹੜਾ ਗਏ ਹਨ। ਤੇ ਸੈਂਕੜੇ ਬੰਦੇ ਮਾਰੇ ਗਏ ਹਨ। مالی ਨੁਕਸਾਨ ਦੀ ਵੀ ਕੋਈ ਹੱਦ ਨਹੀਂ ਰਹੀ ਤੇ ਪਿੰਡ ਦੇ ਬੁੱਢਿਆਂ ਨੂੰ ਯਕੀਨ ਨਹੀਂ ਆਉਂਦਾ ਰਾਜਸਥਾਨ 'ਚ ਕਿਵੇਂ ਮੀਂਹ ਪੈ ਸਕਦਾ ਹੈ। ਆਪਣੇ ਦਾ ਛਿੱਟ ਨਹੀਂ ਡਿੱਗੀ ਤੇ ਟਿੱਬਿਆਂ 'ਚ ਕਿਵੇਂ ਹੜਾ ਆ ਸਕਦੇ ਤੇ ਲੋਕਾਂ ਨੂੰ ਰੇਡੀਓ ਝੂਠ ਬੋਲਦਾ ਲੱਗਦਾ। ਹੁਣ ਤੇ ਲੋਕ ਮੀਨੂ ਡੀਕੂ ਡੀਕ ਥੱਕ ਗਏ ਸੀ ਕੁਝ ਕੁ ਵਾਸੀ ਪਾਸੇ ਦੇ ਪਿੰਡ ਵਾਲੇ ਲੋਕ ਰੱਬ ਨੂੰ ਖੁਸ਼ ਕਰਨ ਲਈ ਪੁੰਨ ਦਾਨ ਕਰ ਰਹੇ ਸਨ ਚੌਲ ਕੀਤੇ ਜਾ ਰਹੇ ਹਨ ਤਾਂ ਜੋ ਕੋਈ ਵੀ ਗਰੀਬ ਭੁੱਖਾ ਨਾ ਰਹੇ ਇਸ ਤਰ੍ਹਾਂ ਦੇ ਪੁੰਨ ਨੂੰ ਪਿੰਡੂ ਲੋਕ ਜੱਗ ਦਾ ਨਾਮ ਦਿੰਦੇ ਹਨ ਜਦੋਂ ਮੀਨਾ ਪਵੇ ਤਾਂ ਲੋਕ ਪੈਸੇ ਦਾਣੇ ਇਕੱਠੇ ਕਰਕੇ ਜੱਗ ਕਰਦੇ ਹਨ ਜੱਗ 'ਚ ਗੁੜ ਵਾਲੇ ਚੌਲ ਵਾਲੇ ਜਾਂਦੇ ਹਨ ਕਿਸੇ ਵੀ ਗਰੀਬ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਸਾਰੇ ਲੋਕ ਇਹਨਾਂ ਚੌਲਾਂ ਨੂੰ ਸ਼ਰਦਾ ਨਾਲ ਖਾਂਦੇ ਹਨ ਸਮੇਂ ਦੇ ਨਾਲ ਨਾਲ ਲੋਕਾਂ ਨੂੰ ਹੁਣ ਜੱਗ ਦਾ ਸਟੈਂਡਰਡ ਵੀ ਛੁੱੱਕ ਦਿੱਤਾ ਹੈ। ਚੌੜਾਂਚ ਗੁੜ ਦੀ ਥਾਂ ਖੰਡ ਨੇ ਲੈ ਲਈ ਹੈ। ਦੇਖੋ ਬਾਦ ਪਾਉਣ ਨਾਲ ਤਾਂ ਜੱਗ ਦਾ ਮੂੰਹ ਮਹਾਂਦਰਾ ਹੀ ਬਦਲ ਗਿਆ। ਆਂਡ ਗਵਾਂਡ ਦੇ ਪਿੰਡ ਜੱਗ ਕਰਵਾ ਰਹੇ ਆ ਆਪਾਂ ਵੀ ਕਰਾ ਦਈਏ। ਖਬਰੇ ਕੋਈ ਛਿੱਟ ਪੈ ਜਾਏ। ਸਾਥ ਵਿੱਚ ਬੈਠੇ ਇੱਕ ਬਜ਼ੁਰਗ ਨੇ ਗੱਲ ਤੋਰੀ। ਬਾਬਾ ਜਦੋਂ ਸਾਰੇ ਆਲੇ ਦੁਆਲੇ ਦੇ ਪਿੰਡਾਂ ਤੇ ਮੀਂਹ ਪੈ ਗਿਆ ਤਾਂ ਆਪਣੇ ਵੀ ਆਪ ਹੀ ਪੈ ਜੂ। ਜੱਗ ਦੀ ਕੀ ਲੋੜ ਹੈ? ਬਾਬੇ ਦੀ ਗੱਲ ਸੁਣ ਕੇ ਇੱਕ ਪਾੜਾ ਮੁੰਡਾ ਪਹਿਲੇ ਬੋਲ ਪਿਆ। ਪੁੱਤਰ ਆਏ ਨਾ ਕਹਿ ਬਦਲ ਤਾਂ ਬਾਟਨ ਨਾਲ ਬਾਟ ਛੱਡ ਜਾਂਦਾ ਮੁੰਡੇ ਦੀ ਵਿਅੰਗ ਦਾ ਜਵਾਬ ਵੀ ਬਾਬੇ ਨੇ ਦਿੱਤਾ ਇਹ ਨਾਸਤਕਾਂ ਨੂੰ ਮੰਨਦਿਆ ਰੱਬ ਨੂੰ ਮੇਰੂ ਬੁੜੇ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਪੈ ਗਿਆ ਸਾਥੇ ਚ ਜੱਗ ਦੀ ਗੱਲ ਚੱਲਦੀ ਰਹੀ ਸਾਰੇ ਜੱਗ ਕਰਨ ਲਈ ਸਹਿਮਤ ਸਨ ਪਰ ਬਹਿਸ ਇਸ ਗੱਲ ਤੇ ਸੀ ਕਿ ਆਪਣਾ ਪਿੰਡ ਜੱਗ ਜਿਹਾ ਕਰੇ ਜਿਹੜਾ ਪਹਿਲਾਂ ਕਦੇ ਕਿਸੇ ਪਿੰਡ ਨੇ ਨਾ ਕੀਤਾ ਹੋਵੇ ਕੋਈ ਆਖੇ ਮਲ ਪੂੜੇ ਖੀਰਾ ਪਕਾਓ ਤੇ ਕੋਈ ਲੱਡੂ ਜਲੇਬੀਆਂ ਹੀ ਪਕਾਉਣ ਨੂੰ ਕਹਿ ਰਿਹਾ ਸੀ ਪਰ ਫਿਰ ਇਸ ਗੱਲ ਤੇ ਸਹਿਮਤ ਹੋ ਗਏ ਕਿ ਜੱਗ ਵਿੱਚ ਚੌਲ ਹੀ ਉਬਾਲੇ ਜਾਣ ਤੇ ਇਹਨਾਂ 'ਚ ਲੱਡੂਆਂ ਵਾਲਾ ਰੰਗ ਤੇ ਖੋਪਾ ਦਾਖਾਂ ਪਾ ਕੇ ਠੋਕ ਬਣਤੀ ਜਾਏ ਭਾਈ ਗੁਰਮੁਖੋ ਜੱਗ ਤਾਂ ਪਕਾਰ ਹੀ ਦੇਣਾ ਪਰ ਪਹਿਲਾਂ ਇੱਕ ਦਿਨ ਕੁੱਤਿਆਂ ਨੂੰ ਰੋਟੀਆਂ ਪਾ ਕੇ ਵੇਖ ਲਓ ਸ਼ਾਇਦ ਰੱਬ ਬੌੜ ਪਏ ਇੱਕ ਹੋਰ ਬਜ਼ੁਰਗ ਨੇ ਆਪਣੀ ਤਜ਼ਵੀਜ਼ ਪੇਸ਼ ਕਰ ਦਿੱਤੀ ਦੋ ਕੁ ਦਿਨ ਪਹਿਲਾਂ ਹੀ ਸਰਪੰਚ ਨੇ ਮਹਿਕਮੇ ਵਾਲਿਆਂ ਨੂੰ ਲਿਖਿਆ ਸੀ ਕਿ ਪਿੰਡ ਦੇ ਵਾਰਾ ਕੁੱਤਿਆਂ ਨੂੰ ਜ਼ਹਿਰੀਲੀਆਂ ਗੋਲੀਆਂ ਪਾ ਕੇ ਖਤਮ ਕੀਤਾ ਜਾਏ। ਉਸੇ ਸਰਪੰਚ ਨੇ ਕੁੱਤਿਆਂ ਨੂੰ ਰੋਟੀਆਂ ਪਾਉਣ ਦੀ ਤਜ਼ਵੀਜ਼ ਵੀ ਹਮੇਂ ਭਰਤੀ। ਅਗਲੇ ਦਿਨ 10-15 ਮੁੰਡਿਆਂ ਨੇ ਟੋਕਰੀਆਂ ਵਿੱਚ ਘਰਾਂ ਤੋਂ ਰੋਟੀਆਂ ਇਕੱਠੀਆਂ ਕਰਕੇ ਪਿੰਡ ਦੇ ਸਾਰੇ ਲੱਟਰ ਕੁੱਤਿਆਂ ਦੀ ਮਹੀਨਿਆਂ ਦੀ ਭੁੱਖ ਕੱਢ ਦਿੱਤੀ। ਪਰ ਮੀਂਹ ਅਜੇ ਵੀ ਨਹੀਂ ਸੀ ਪਿਆ। ਫਿਰ ਜਗ ਨੂੰ ਨੇਪਰੇ ਚਾੜਨ ਦੀਆਂ ਬੇਉਂਤਾਂ ਬਣਨ ਲੱਗੀਆਂ ਪਿੰਡ ਚੋਂ ਦਾਣਿਆਂ ਦੀ ਉਗਰਾਹੀ ਦੇ ਨਾਲ ਮਾਇਆ ਇਕੱਠੀ ਕਰਨ ਦੀ ਸਕੀਮ ਵੀ ਪਾਸ ਹੋ ਗਈ ਪਿੰਡ ਦੇ ਪਤਵੰਤੇ ਤੇ ਵਿਹਿਲੜ ਉਗਰਾਹੀ ਕਰਨ ਉਤੇ ਲੱਗ ਗਏ ਦੋ ਕੁ ਮਹੀਨੇ ਦੇ ਨਾਲ ਵਿੱਚ ਹੀ 40 ਮਾਨ ਕਣਕ ਤੇ 2000 ਰੁਪਏ ਇਕੱਠਾ ਕਰ ਲਿਆ ਗਿਆ ਰੁਪਏ ਇਕੱਠੇ ਕਰਕੇ ਪਿੰਡ ਦੀ ਪੰਚਾਇਤ ਸੱਤ ਚ ਬੈਠੀ ਕੀਤੇ ਜਾਣ ਵਾਲੇ ਜਗ ਬਾਰੇ ਕੁਝ ਨੁਕਤੇ ਬਣਾਉਣ ਲੱਗੇ ਪਹਿਲਾ ਨੁਕਤਾ ਇਹ ਸੀ ਕਿ ਕਿਸੇ ਬਾਹਰਲੇ ਪਿੰਡ ਦਾ ਬੰਦਾ ਜਗ ਤੋਂ ਖਾਲੀ ਨਾ ਮੋੜਿਆ ਜਾਏ ਨੰਬਰ 2 ਕਿ ਪਿੰਡ ਵਿੱਚੋਂ ਲੰਘਣ ਵਾਲੀਆਂ ਸਾਰੀਆਂ ਬੱਸਾਂ ਜ਼ਬਰਦਸਤੀ ਰੋਕ ਕੇ ਲੋਕਾਂ ਨੂੰ ਜੱਗ ਦੇ ਚੌਲ ਖੁਆਏ ਜਾਣ ਇਸ ਕੰਮ ਲਈ ਸਰਪੰਚ ਨੇ 94 94 ਬੰਦਿਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਸਰਪੰਚਾ ਮੇਰੀ ਵੀ ਕਾਰਜ ਹੈ ਪੰਚਾਇਤ ਬੈਠੀ ਵੇਖ ਚੰਗਾ ਮੌਕਾ ਸਮਝਦੇ ਕਿਸੇ ਨੇ ਸਰਪੰਚ ਨੂੰ ਆਖਿਆ ਲੈ ਭਾਈ ਤੇਰੀ ਅਰਜ਼ੀ ਵੀ ਸੁਣ ਲੈਨੇ ਆ ਉਠਣ ਲੱਗਿਆ ਸਰਪੰਚ ਫੇਰ ਮੰਜੇ ਤੇ ਬੈਠ ਗਿਆ ਸਾਰਿਆਂ ਨੇ ਸੋਚਿਆ ਕਿ ਕਿਸ਼ਨਾ ਵੀ ਜੱਗ ਸੰਬੰਧੀ ਕੋਈ ਗੱਲ ਕਰੇਗਾ ਆਪਾਂ ਪਟਵਾਰੀ ਦਾ ਕਰੀਏ ਕੁਝ ਮੈਂ ਨੰਬਰ ਲੈਣ ਪੰਜ ਵਾਰੀ ਜਾ ਆਇਆ ਪਰ ਉਹ ਨਿਆਂ ਹੀ ਨਹੀਂ ਦਿੰਦਾ ਵੱਡੀ ਭਾਲ ਦਾ ਗਰੀਬ ਆਦਮੀ ਤੋਂ ਵੀ ਤੇ ਮਗਰਲਾ ਬਾਤ ਕਹਿੰਦਾ ਰੋਣ ਹੱਕਾ ਜੇ ਹੋ ਗਿਆ ਭਾਈ ਵੱਡੀ ਤਾਂ ਉਸ ਲੈਣੀ ਹੋਈ ਲੈ ਆਪਾਂ ਵੀ ਹੁਣ ਰੱਬ ਨੂੰ ਵੱਡੀ ਦੇ ਰਹੇ ਆ ਜੇ ਕਿਤੇ ਭੋਰਾ ਮੀਂਹ ਪੈ ਜਾਏ ਤੇ ਖਤਰਾ ਸਰਪੰਚ ਜੋ ਪਟਵਾਰੀ ਦਾ ਗੂੜਾ ਯਾਰ ਸੀ ਹਾਸੇ ਵਿੱਚ ਹੀ ਕਿਸ਼ਨੇ ਦੀ ਗੱਲ ਨੂੰ ਟਾਲ ਗਿਆ ਤੇ ਆਪਣੀ ਜੁੰਡ ਲਈ ਸਮੇਤ ਉਥੋਂ ਚਲਾ ਗਿਆ ਧੰਨਵਾਦ ਅਗਲੀ ਕਹਾਣੀ ਹੈ ਅੰਜਨਾ ਵਿੱਚ ਵਾਸਕੋ ਦੀਆਂ ਟਰੈਵਲਿੰਗ ਏਜੰਸੀਆਂ ਤੋਂ ਨਾ ਮਿਲਣ ਤੇ ਅਸੀਂ ਬੱਸਾਂ ਦੁਆਰਾ ਹੀ ਗੋਆ ਦੀਆਂ ਮਸ਼ਹੂਰ ਥਾਵਾਂ ਵੇਖਣ ਦਾ ਮਨ ਬਣਾ ਲਿਆ। ਕੱਲ ਸਵੇਰ ਦੇ ਅਸੀਂ ਵਾਸਕੋ ਪਹੁੰਚੇ ਹੋਏ ਸੀ ਤੇ ਸ਼ਾਮ ਤੀਕਸਾਂ ਆਰਾ ਵਾਸਕੋ ਸ਼ਹਿਰ ਗਾ ਲਿਆ ਸੀ। ਵਾਸਕੋ ਦਾ ਸਮੁੰਦਰੀ ਕਿਨਾਰਾ ਜਿੱਥੇ ਨਿੱਕੇ ਨਿੱਕੇ ਮੱਛੀਆਂ ਦੇ ਟੰਗਲੀਆਂ ਨਾਲ ਢੇਰ ਲੱਗੇ ਹੋਏ ਸਨ ਤੇ ਆਸੇ-ਪਾਸੇ ਬਦਬੂ ਮਾਰ ਰਹੀ ਸੀ। ਸਭ ਵੇਖ ਲੈ ਸਨ। ਉਸੇ ਸ਼ਾਮੀ ਸਮੁੰਦਰ ਦੇ ਨਜ਼ਦੀਕ ਹੀ ਬਨੇਸ਼ਰਾ ਪਿੰਡ ਦੇ ਹਾਥਿਆਂ 'ਚ ਰੱਜ ਕੇ ਸ਼ਰਾਬ ਪੀਤੀ ਸੀ। ਸ਼ਾਮ ਨੂੰ ਅਸੀਂ ਆਪਣੇ ਹੋਟਲ ਤੋਂ ਬਿਨਾ ਖਾਣਾ ਖਾਦੇ ਸਿੱਧੇ ਬੋਨਾ ਵਿੱਚ ਗਏ ਸੀ ਜਿੱਥੇ ਰਾਤ ਦੇ ਪੈਂਦਿਆਂ ਸਾਰ ਔਰਤਾਂ ਦੀ ਮੰਡੀ ਲੱਗਦੀ ਹੈ। ਸਮੁੰਦਰ ਦਾ ਕਿਨਾਰਾ ਜਗਮਗਾਉਂਦੇ ਬਿਜਲੀਆਂ ਦੇ ਬੱਲਬ ਤੇ ਇੱਕ ਫਰਾਂਗਕੀ ਆਦਮੀਆਂ ਦਾ ਹਜੂਮ। ਇੱਥੇ ਆਉਣ ਤੋਂ ਪਹਿਲਾਂ ਤਾਂ ਪਤਾ ਹੀ ਨਾ ਲੱਗਾ ਸੀ ਕਿੱਥੇ ਆ ਗਏ। ਸਾਰੇ ਨਸ਼ੇ 'ਚ ਗੜੁੱਚ ਸਨ। ਗਰਮੀਆਂ ਚ ਲੈਂਪ ਦਵਾਲੇ ਪਮਕੜਾ ਵਾਂਗ ਔਰਤਾਂ ਸ਼ਰਾਬ ਪੀਣ ਦੇ ਹੱਥਿਆਂ ਦਵਾਲੇ ਚੱਕਰ ਕੱਢ ਰਹੀਆਂ ਸਨ ਸਾਡੀ ਪਾਰਟੀ ਦੇ ਲੀਡਰ ਜਗਤਾਰ ਨੇ ਸਾਨੂੰ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਐਵੇਂ ਅੰਜਾਨਪੁਣੇ ਵਿੱਚ ਤੇ ਜਲਦਬਾਜੀ ਚ ਕਿਸੇ ਦੇ ਮਗਰ ਨਾ ਲੱਗ ਤਰਿਓ ਜਿਹੜੀ ਤੁਹਾਡੇ ਮਨ ਲੱਗੇ ਸਿਰਫ ਉਸੇ ਨਾਲ ਹੀ ਗੱਲ ਕੀਤੀ ਜਾਵੇ ਜਦੋਂ ਪੈਸੇ ਹੀ ਦੇਣੇ ਆ ਤਾਂ ਫਿਰ ਮਾਲ ਵੀ ਟੁਣਕਾ ਕੇ ਹੀ ਲੈਣਾ ਚਾਹੀਦਾ ਤੇ ਤੇ 15 ਰੁਪਏ ਤੋਂ ਵੱਧ ਕਿਸੇ ਹਾਲਤ ਵਿੱਚ ਵੀ ਨਹੀਂ ਦੇਣੇ ਪੱਗ ਤੇ ਦਾੜੀ ਹੁਣ ਕਰਕੇ ਸਰਦਾਰਾਂ ਨੂੰ ਇੱਕ ਪੰਜਰ ਪਰ ਰੇਟ ਵਧਾਈ ਦਿੰਦੀ ਹੈ ਆਪਣੇ ਪਾਰਟੀ ਲੀਡਰ ਦੀਆਂ ਹਦਾਇਤਾਂ ਸੁਣ ਕੇ ਸਾਰੇ ਜਣੇ ਨਿੱਖੜ ਗਏ ਸਨ ਇਹ ਔਰਤਾਂ ਤਿੰਨ ਤਿੰਨ ਤੇ ਚਾਰ ਚਾਰ ਦੇ ਝੁੰਡਾਂ 'ਚ ਖੜੀਆਂ ਸਨ ਕੋਈ ਇਕੱਲੀ ਖੜੀ ਹੀ ਗਾਕਾਂ ਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰ ਰਹੀ ਸੀ ਸੌਦਾ ਤੈਹ ਹੋ ਜਾਣ ਤੇ ਇਹ ਗਾਕ ਨੂੰ ਆਪਣੇ ਕੈਬਿਨ 'ਚ ਲੈ ਜਾਂਦੀਆਂ ਹਨ ਤੇ ਹਰ ਪੱਖੋਂ ਖੁਸ਼ ਕਰਨ ਦਾ ਯਤਨ ਕਰਦੀਆਂ ਹਨ ਨਿਸ਼ਚਿਤ ਸਮੇਂ ਤੇ ਜਦੋਂ ਅਸੀਂ ਇਕੱਠੇ ਹੋਏ ਕੋਈ 50 ਤੇ ਕੋਈ 60 ਰੁਪਏ ਦੇ ਕਰੀਬ ਰਗੜਾ ਲਗਵਾਇਆ ਸੀ ਅੱਜ ਅਸੀਂ ਖਾਸ ਤੌਰ ਤੇ ਅੰਜਨਾ ਬੀਚ ਜਾ ਰਹੇ ਸਾਂ ਗੋਆ ਦੀ ਰਾਜਧਾਨੀ ਪੰਜੀ ਤੋਂ ਬੱਸਾਂ ਦੁਆਰਾ ਮੋਪਾਸਾ ਜਾਣਾ ਸੀ ਮੋਪਾਸਾ ਸ਼ਹਿਰ ਤੋਂ ਅੰਜਨਾ ਬੀਚ ਬੱਸ ਵਿੱਚ ਭੀੜ ਕਾਫੀ ਸੀ ਫਿਰ ਵੀ ਅਸੀਂ ਗੋਆ ਦੇ ਬਾਹਰਲੇ ਰਮਣੀਕ ਨਜ਼ਾਰੇ ਵੇਖਣ ਦੀ ਕੋਸ਼ਿਸ਼ ਕਰ ਰਹੇ ਸਾਂ ਵਾਸਕੋ ਦੀ ਤਰ੍ਹਾਂ ਪੰਜੀ ਦੀਆਂ ਵੀ ਉੱਚੀਆਂ ਉੱਚੀਆਂ ਸੁੰਦਰ ਇਮਾਰਤਾਂ ਸਨ ਪੰਜੀ ਸ਼ਹਿਰ ਵੇਖਣ ਦੀ ਬਜਾਏ ਅਸੀਂ ਸਿੱਧੀ ਮੋਪਾਸਾ ਜਾਣ ਵਾਲੀ ਬੱਸ ਤੇ ਬੈਠ ਗਏ। ਲੋਕਲ ਬੱਸਾਂ ਵਾਂਗ 1-2 ਕਿਲੋਮੀਟਰ ਬਾਅਦ ਬੱਸ ਕਿਸੇ ਨਾ ਕਿਸੇ ਸਟਾਪ ਤੇ ਰੁਕ ਜਾਂਦੀ ਸੀ। ਮਨ ਕਾਲਾ ਪੈਣ ਲੱਗ ਪਿਆ ਅਸੀਂ ਮੋਪਾਸਾ ਸ਼ਹਿਰ ਹੀ ਆਉਣ ਵਿੱਚ ਨਹੀਂ ਸੀ ਆ ਰਿਹਾ ਤੇ ਅਸੀਂ ਫਿਰ ਮੋਪਾਸਾ ਤੋਂ ਬੱਸ ਬਦਲਨੀ ਸੀ। ਬੱਸ ਮੋਪਾਸਾ ਪਹੁੰਚੀ ਤਾਂ ਇੱਥੇ ਵੀ ਅੱਡੇ ਤੇ ਹੱਦੋਂ ਵੱਧ ਰਸ ਸੀ। 1 ਘੰਟੇ ਤੋਂ ਅੰਜਨਾ ਵਿੱਚ ਬੀਜ ਨੂੰ ਕੋਈ ਬੱਸ ਨਹੀਂ ਗਈ। ਮਰੇ ਹੀਪੀ ਮਰਦਾਂ ਔਰਤਾਂ ਵੀ ਬਸ ਦੀ ਇੰਤਜ਼ਾਰ ਚ ਖੜੇ ਸਨ ਕੁਝ ਨੌਜਵਾਨ ਇਹਨਾਂ ਨੂੰ ਅਧ ਨੰਗੀਆਂ ਹੀਪੀ ਔਰਤਾਂ ਦੁਆਲੇ ਘੇੜੇ ਕੱਢ ਰਹੇ ਸਨ ਅਸੀਂ ਵੀ ਉਹਨਾਂ ਦੇ ਨੇੜੇ ਹੋ ਗਏ ਸੀ ਪਰ ਉਹ ਦੁਨੀਆ ਤੇ ਆਸੇ ਪਾਸੇ ਤੋਂ ਬੇਖਬਰ ਅਹਲ ਖੜੇ ਸਨ ਇਹ ਹੀਪੀ ਔਰਤਾਂ ਵਿੱਚ ਤੇ ਅਲਫ ਨੰਗੀਆਂ ਨਹਾਉਂਦੀਆਂ ਰਹਿੰਦੀਆਂ ਹਨ ਜਗਤਾਰ ਦੇ ਸ਼ਬਦ ਸ੍ਰੀ ਰੰਦਰ ਚਰਣਾਠ ਜੀ ਛੇੜ ਗਏ ਜਗਤਾਰ ਪਿਛਲੇ ਸਾਲ ਵੀ ਗੋਆ ਦਾ ਟੂਰ ਲਾ ਚੁੱਕਿਆ ਸੀ ਇਸ ਵਾਰ ਇਹਨੂੰ ਅਸੀਂ ਆਪਣੇ ਨਾਲ ਤਿਆਰ ਕਰ ਲਿਆ ਹੈ ਸਾਂ ਸਾਡਾ ਟੂਰ ਕਿਸੇ ਸੰਸਥਾ ਵੱਲੋਂ ਜਾਂ ਕਿਸੇ ਮਜਬੂਰੀ ਕਾਰਨ ਨਹੀਂ ਸੀ ਅਸੀਂ ਤਾਂ ਬਸ 6 ਦੋਸਤ ਇਕੱਠੇ ਹੋ ਕੇ ਇੱਥੇ ਆ ਗਏ ਸੀ ਮਤਵਵਦ ਨੰਦਲੇਣਾ ਸਾਡੇ ਟੂਰ ਦਾ ਮੁੱਖ ਮਨੋਰਥ ਸੀ ਸਾਰੇ ਅਸੀਂ ਇੱਕ ਦੂਜੇ ਨਾਲ ਖੁੱਲੇ ਹੋਏ ਸੀ ਕਿਸੇ ਤੋਂ ਕੋਈ ਸ਼ਰਮ ਝਿਜਕ ਨਹੀਂ ਸੀ ਜਗਤਾਰ ਨੇ ਆਪਣੇ ਪਿਛਲੇ ਟੂਰ ਦੀਆਂ ਗੱਲਾਂ ਸੁਣਾ ਸੁਣਾ ਕੇ ਸਾਡਾ ਇੱਥੇ ਆਉਣ ਦਾ ਮਨ ਬਣਾ ਦਿੱਤਾ ਸੀ ਇੱਕੋ ਹੀ ਰੂਟੀਨ 'ਚ ਕੰਮ ਕਰੀ ਜਾਣਾ ਵੀ ਕੋਈ ਜ਼ਿੰਦਗੀ ਹੈ ਤੇ ਕੀ ਆਦਮੀ ਦਾ ਇਹੋ ਫਰਜ਼ ਹੈ ਕਿ ਉਹ ਲੱਕ ਤੋੜਵੀਂ ਕਮਾਈ ਕਰਕੇ ਬੱਚਿਆਂ ਨੂੰ ਖਵਾਵੇ ਤੇ ਉਹਨਾਂ ਲਈ ਜੋੜੇ ਅਸੀਂ ਕਿੱਥੇ ਆਂਦੇ ਬਾਹਰ ਕੀ ਹੋ ਰਿਹਾ ਹੈ ਆਦਮੀ ਨੂੰ ਆਪਣੇ ਆਲੇ ਦੁਆਲੇ ਤੇ ਦੂਰ ਦੀ ਦੁਨੀਆ ਵੀ ਵੇਖਣੀ ਚਾਹੀਦੀ ਹੈ ਤੇ ਜੇ ਅਸੀਂ ਮੈਦਾਨੀ ਇਲਾਕੇ 'ਚ ਜੰਮੇ ਆ ਤਾਂ ਜ਼ਰੂਰੀ ਨਹੀਂ ਇੱਥੇ ਹੀ ਮਰ ਜਾਣਾ ਜ਼ਿੰਦਗੀ 'ਚ ਪਹਾੜ ਤੇ ਸਮੁੰਦਰ ਵੀ ਤਾਂ ਵੇਖ ਲੈਣੇ ਚਾਹੀਦੇ ਆ ਕਈ ਗੱਲਾਂ ਆਪਣੇ ਸੱਭਿਆਚਾਰ ਲਈ ਬਿਲਕੁਲ ਉਹ ਹੋਣੀਆਂ ਹਨ ਤੇ ਇਸੇ ਹੋਰ ਕਿਸੇ ਹੋਰ ਦੇ ਸੱਭਿਆਚਾਰ ਚੁਸ਼ਰਿਆਮ ਹੋ ਰਹੀਆਂ ਹਨ ਸਾਨੂੰ ਵੀ ਖੜਿਆ ਨੂੰ ਅੱਧਾ ਘੰਟਾ ਹੋ ਗਿਆ ਸੀ ਪਰੰਜਨਾ ਵਿੱਚ ਜਾਣ ਲਈ ਅਜੇ ਕੋਈ ਬੱਸ ਨਹੀਂ ਸੀ ਆਈ ਅੰਜਨਾ ਬੀਚ ਜਾਣ ਲਈ ਮਨ ਹੋਰ ਵੀ ਕਾਲਾ ਪੈ ਰਿਹਾ ਸੀ ਅੰਜਨਾ ਬੀਚ ਗੋਆ ਦੀ ਮਸ਼ਹੂਰ ਬੀਚ ਛਿੱਪੀਆਂ ਦੇ ਵਿੱਚ ਇਸੇ ਬੀਚ ਤੇ ਹੀ ਮਰਦ ਔਰਤਾਂ ਸਮੁੰਦਰ ਚ ਅਲਫ ਨੰਗੇ ਨਹਾਉਂਦੇ ਹਨ ਤੇ ਫਿਰ ਨਸ਼ੇ ਚ ਮਦਹੂਸ਼ ਕਿਨਾਰੇ ਤੇ ਲੇਟ ਜਾਂਦੇ ਹਨ ਛਿੱਪੀਆਂ ਤੇ ਇਹ ਦੋਸ਼ ਲਾਇਆ ਜਾਂਦਾ ਹੈ ਕਿ ਇਹਨਾਂ ਦਾ ਨੰਗਾਪਨ ਸਾਡੇ ਸੱਭਿਆਚਾਰ ਨੂੰ ਖਰਾਬ ਕਰ ਰਿਹਾ ਪਰ ਸਰਕਾਰ ਵੱਲੋਂ ਕੋਈ ਪਾਬੰਦੀ ਨਾ ਹੋਣ ਕਰਕੇ ਸਾਰਾ ਕੁਝ ਚੱਲ ਰਿਹਾ ਅਖੀਰ ਬਸ ਆਈ ਗਈ ਛੋਟੀ ਜੀ ਬੱਸ 70 80 ਸਵਾਰੀਆਂ ਨਾਲ ਤੁਨ ਤੁਨ ਭਰੀ ਗਈ। ਪਹਿਲਾਂ ਤਾਂ ਬਾਹਰ ਤਿੱਖੀ ਠੰਪ ਸਰੀਰ ਚੋਂ ਚੰਗਿਆੜੇ ਕੱਢ ਰਹੀ ਸੀ। ਹੁਣ ਬੱਸ ਮੁੜਕਾ ਮੁੜਕੀ ਹੋ ਰਹੀ ਸੀ। ਪੰਜਾਬ ਚ ਦਸੰਬਰ ਦਾ ਪਾਲਾ ਅੜਿੱਕੇ ਕੱਢ ਰਿਹਾ ਸੀ ਤੇ ਇਧਰ ਗਰਮੀ ਇਹ ਸੋਚ ਕੇ ਆਪ ਮੂੰਹ ਹਰਾਈ ਹਾਸਾ ਨਿਕਲ ਗਿਆ। 2-4 ਦਿਨਾਂ ਦੇ ਵਕਫੇ ਦੇ ਨਾਲ ਅਸੀਂ ਦੋ ਵਿਰੋਧੀ ਮੌਸਮ ਮਾਣ ਲਏ ਸੀ। ਸਵਾਰੀਆਂ ਦੀ ਤੂੜੀ ਵਾਂਗ ਭਰੀ ਹੋਈ ਖਸਤਾ ਜੀ ਬੱਸ ਪਹਾੜੀ ਰਸਤੇ ਤੇ ਪੂਰੀ ਸਪੀਡ ਨਾਲ ਜਾ ਰਹੀ ਸੀ। ਜੇਫਰੀ ਬੇਲ ਜੇ ਬ੍ਰੇਕ ਫੇਲ ਹੋ ਗਏ ਤਾਂ ਦਾ ਖਿਆਲ ਆਉਣ ਤੇ ਧੁਰੰਦਰ ਕੰਬ ਗਿਆ। ਮੂੰਹ ਵਿੱਚੋਂ ਆਪ ਮੁਹਾਰੀ ਰੱਬ ਦਾ ਨਾਮ ਨਿਕਲ ਪਿਆ ਸੀ। ਬਾਹਰ ਵੱਲ ਵੇਖਣਾ ਛੱਡ ਕੇ ਮੈਂ ਆਪਣਾ ਸਾਰਾ ਧਿਆਨ ਬਸ ਤੇ ਅੰਦਰ ਹੀ ਕੇਂਦ੍ਰਿਤ ਕਰ ਲਿਆ। ਮੇਰੇ ਪਿੱਛੇ ਖੜੀ hippie ਕੁੜੀ ਆਪਣਾ ਭਾਰ ਮੇਰੇ ਤੇ ਸਟ੍ਰਈ ਸੀ। ਕਿਸੇ ਸਟਾਪ ਤੇ ਬਸ ਤੇ ਰੁਕਣ ਨਾਲ ਕਈ ਸਵਾਰੀਆਂ ਉਤਰ ਗਈਆਂ। hippie ਕੁੜੀ ਵੀ ਹੁਣ ਠੀਕ ਤਰ੍ਹਾਂ ਆਪਣੇ ਭਾਰ ਸਿਰਖ ਲੋ ਗਈ। ਅਗਲੇ ਸਟਾਪ ਤੇ hippie ਕੁੜੀ ਵੀ ਆਪਣੇ ਮਰਦ ਸਾਥੀ ਨਾਲ ਉਤਰ ਕੇ ਦੂਰ ਦਿੱਸੇ ਮਕਾਨਾਂ 'ਚ ਚਲੇਗੀ ਅੰਜਨਾ ਵਿਚ ਦਾ ਡਾਵੀ ਆ ਗਿਆ ਸੀ ਇਹ ਤੋਂ ਅਗਾ ਅੱਧੀ ਕੁ ਫਰਾਂਗ ਤੇ ਹੀ ਅੰਜਨਾ ਵਿਚ ਸਮੁੰਦਰ ਦਾ ਕਿਨਾਰਾ ਸੀ ਉੱਚੇ ਉੱਚੇ ਪਹਾੜਾਂ ਦੇ ਨਾਲ ਖੈਂਦਾ ਸਮੁੰਦਰ ਸਾਰੀਆਂ ਸਵਾਰੀਆਂ ਉਤਰ ਕੇ ਵਿਚ ਵੱਲ ਚੱਲ ਪਈਆਂ ਦਿਲ ਕਰਦਾ ਸੀ ਕਿ ਭੱਜ ਕੇ ਸਮੁੰਦਰ ਦੇ ਕਿਨਾਰੇ ਪਹੁੰਚ ਜਾਈਏ ਠਹਿਰੋ ਯਾਰ ਪਹਿਲਾਂ ਸਰੀਰਤਾ ਬਣਾ ਲਈਏ ਨਸ਼ੇ ਦੀ ਲੋਰ 'ਚ ਨਜ਼ਾਰਾ ਵਾਵਾ ਹੁੰਦਾ ਇੱਕ ਸਾਥੀ ਦੇ ਇਹਨਾਂ ਬੋਲਾਂ ਨਾਲ ਸਾਰਿਆਂ ਦੇ ਕਦਮ ਰੁਕ ਗਏ ਉੱਥੇ ਇੱਕ ਪਾਸੇ ਬੈਠ ਕੇ ਅਸੀਂ ਛੇ ਜਣੇ ਜਣਿਆਂ ਨੇ ਇੱਕ ਇੱਕ ਪੈਗ ਨਾਲ ਹੀ ਬੋਤਲ ਖਤਮ ਕਰ ਦਿੱਤੀ ਗੋਆ ਚ ਸ਼ਰਾਬ ਚੰਗੀ ਤੇ ਸਸਤੀ ਮਿਲਣ ਕਰਕੇ ਅਸੀਂ ਆਪਣੀਆਂ ਕੁੱਖਾਂ ਘੜ ਰਹੇ ਸੀ ਇੱਕ ਦੋ ਬੋਤਲਾਂ ਤੇ ਗਲਾਸ ਹਮੇਸ਼ਾ ਹੀ ਸਾਡੇ ਬੈਗ ਚ ਹੁੰਦੇ ਹੀ ਸੀ ਸੜਕ ਤੋਂ ਸਮੁੰਦਰ ਦੇ ਕਿਨਾਰੇ ਵੱਲੋਂ ਟਲਾਨ ਸੀ ਕਦਮ ਆਪੋ ਹਾਰੇ ਹੀ ਤੇਜ਼ ਹੋ ਜਾਂਦੇ ਸਨ ਰਸਤੇ ਚ ਦੋਵੇਂ ਪਾਸੇ ਵਦੇਸ਼ੀ ਨਿਕਸੂ ਕੁਵਚਣ ਵਾਲੇ ਗਾਕਾਂ ਨੂੰ ਖਿੱਚ ਰਹੇ ਸਨ ਕਨਾਤਾ ਜੀਆਂ ਲਾ ਕੇ ਦੋਨੋਂ ਪਾਸੇ ਚਾਹ ਦੀਆਂ ਦੁਕਾਨਾਂ ਵੀ ਸਨ ਤੇ ਇਸ ਵਿਦੇਸ਼ੀ ਸਮਾਨ ਤੇ ਦੁਕਾਨਾਂ ਵੱਲ ਸਾਡਾ ਕੋਈ ਧਿਆਨ ਨਹੀਂ ਸੀ ਚਾਰ ਪੰਜ हिप्पी ਔਰਤਾਂ ਚਾਹ ਦੇ ਸਟਾਲ ਕੋਲ ਖੜੀਆਂ ਵੇਖ ਕੇ ਜੀਤ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ ਕੀ ਆਂ इनसे ਬਾਤ ਬਣ ਸਕਦੀ ਹੈ ਜੀਤ ਨੇ हिप्पी ਔਰਤਾਂ ਵੱਲ ਇਸ਼ਾਰਾ ਕਰਕੇ ਨੇੜੇ ਬੈਠੇ ਇੱਕ ਆਦਮੀ ਤੋਂ ਪੁੱਛਿਆ ਓਏ ਵਿੱਚ ਵੇਖਣ ਆਇਆ ਕਿ ਬਾਤਾਂ ਮਿਵਾਣਾਂ मेरी गल का उत्तर देने की बजाय उस आदमी के होर नेड़े हो गया वैसे तो बात बढ़नी मुश्किल है लेकिन आज तीस दिसंबर है ना साल का आखिरी दिन रात के बारह बजे दूसरा साल शुरू हो जाएगा ये लोग आज के दिन खूब जश्न करते हैं रात के रात को गाते और नाचते हैं आज की रात ये पूरी ऐश करेंगे उस आदमी ने एक सारी जानकारी दी कितने को पैसे लेती है यहाँ جیتਨੇ پھر ਦੂਜਾ ਸਵਾਲ ਕੀਤਾ ਅਰੇ ਸਾਹਿਬ ਇਹਨ ਲੋਕੋ ਕੋ ਪੈਸਾ ਹੀ ਨਹੀਂ ਨਸ਼ੇ ਕੀ ਜ਼ਰੂਰਤ ਹੁੰਦੀ ਹੈ ਆਪ ਇਨੀ ਅੱਛਾ ਜਿਹਾ ਨਸ਼ਾ ਸਾਂ ਕਰਾ ਦੇ ਨਾ ਜਬ ਖੁਸ਼ ਹੋ ਜਾਈਂ ਤੋ ਤੂੰ ਜੋ ਚਾਹੇ ਕਰ ਸਕਤੇ ਹੋ ਉਹ ਆਦਮੀ ਇਹ ਕਹਿ ਕੇ ਚੁਟਕੀ ਵਿਜਾਉਂਦਾ ਚਲਾ ਗਿਆ ਮੈਨੂੰ ਜਾਪਿਆ ਜਿਵੇਂ ਇਹ ਔਰਤਾਂ हिप्पी ਔਰਤਾਂ ਵੀ ਬੋਨਾ بیچਦੀਆਂ ਔਰਤਾਂ ਮੰਗੀ ਵਿਕਾਉ ਹਨ ਫਰਕ ਸਿਰਫ ਇਹ ਹੈ ਕਿ ਉਹ ਆਪਣੇ ਗਾਕਾ ਨੂੰ ਆਪਵਾਜਾ ਮਾਰਦੀਆਂ ਹਨ ਤੇ ਆਪਣੀ ਖੂਬੀ ਦੱਸਦੀਆਂ ਹਨ ਪਰ ਇਹ ਪਸ਼ੂਆਂ ਦੀ ਤਰ੍ਹਾਂ ਚੁੱਪ ਖੜੀਆਂ ਹਨ ਇਹ ਤਾਂ ਯਾਰ ਸੌਦਾ ਸਸਤਾ ਹੀ ਹੈ ਅੱਜ ਰਾਤ ਇੱਥੇ ਰਹਾਂਗੇ ਕਿਉਂ ਕੀ ਵਿਚਾਰ ਹੈ ਸ਼ਰਾਬ ਦੇ ਨਸ਼ੇ 'ਚ ਜੀਤ ਨਾ ਛੁੱਟਿਆ ਸਾਡੇ ਸਾਰਿਆਂ ਤੋਂ ਛੋਟਾ ਸੀ ਤੇ ਸ਼ਰਾਬੀ ਉਸ ਤੇ ਅਸਰ ਕੁਝ ਜ਼ਿਆਦਾ ਹੀ ਕਰਦੀ ਸੀ ਸਾਲੇ ਰਾਤ ਬੋਨਾ ਵਿੱਚ ਤੇ ਮੰਨੀ ਭਰੇ ਆ ਜਿਕਤਾਰ ਨੇ ਉਹਨੂੰ ਝੰਝੋੜਾ ਦਿੰਦੇ ਹੋਏ ਕਿਹਾ ਉੱਥੇ ਤਾਂ ਯਾਰ ਕੋਈ ਕਰਨਾਟਕਾ ਦੀ ਸੀ ਕੋਈ ਗੁਜਰਾਤਨ ਮਰਾਠਣ ਹੁਣ ਇਹ ਕੈਂਡ ਜੱਗੀ ਵੀ ਹੋ ਜਾਏਗੀ ਕਿ ਐਸੀ ਵਿਦੇਸ਼ੀ ਔਰਤਾਂ ਨਾਲ ਵੀ ਤਿਸਕਪਾਲ ਨੇ ਵੀ ਜੀਤ ਦੀ ਪ੍ਰੋਟਾ ਕਰ ਦਿੱਤੀ ਪਹਿਲਾਂ ਤਾਂ ਸਾਡਾ ਅੰਜਨਾ ਵਿੱਚ ਤੇ ਰਹਿਣ ਰਾਤ ਰਹਿਣ ਦਾ ਕੋਈ ਪ੍ਰੋਗਰਾਮ ਨਹੀਂ ਸੀ ਪਰ ਹੁਣ ਮਨ ਬਦਲ ਚੁੱਕਿਆ ਸੀ ਸਾਰਿਆਂ ਦਾ ਇਰਾਦਾ ਹੋ ਗਿਆ ਸੀ ਕਿ ਰਾਤ ਨੂੰ ਇੱਥੇ ਹੀ ਹਿੱਪੀਆਂ ਨਾਲ ਜਸ਼ਨ ਮਨਾਇਆ ਜਾਵੇ ਤੇ ਹੁਣ ਅਸੀਂ ਸਮੁੰਦਰ ਦੇ ਕੰਢੇ ਤੇ ਪਹੁੰਚ ਗਏ ਸੀ। ਦੂਰ ਤੱਕ ਠਾਠਾ ਮਾਰਦਾ ਪਾਣੀ-ਪਾਣੀ ਦਿਸ ਰਿਹਾ ਸੀ ਤੇ ਕਿਨਾਰੇ ਦੇ ਲੋਕਾਂ ਦਾ ਇਕੱਠ ਜਿਵੇਂ ਪੰਜਾਬ ਦੇ ਕਿਸੇ ਪਿੰਡ 'ਚ ਵਿਸਾਖੀ ਦਾ ਮੇਲਾ ਲੱਗਿਆ ਹੋਵੇ। ਸਮੁੰਦਰ ਬਿਲਕੁਲ ਸ਼ਾਂਤ ਸੀ ਪਰ ਫਿਰ ਵੀ ਲਹਿਰਾਂ 6-7 ਫੁੱਟ ਤੀਕ ਬਾਰ ਆ ਕੇ ਬਰੇਤੀ ਨੂੰ ਗਿੱਲਾ ਕਰ ਜਾਂਦੀਆਂ ਸੀ। ਅਸੀਂ ਇਸ ਗਿੱਲੇ ਰੇਤੇ ਤੇ ਤੁਰਨਾ ਸ਼ੁਰੂ ਕਰ ਦਿੱਤਾ। ਦੂਸਰੀ ਲਹਿਰ ਆਉਣ ਤੋਂ ਪਹਿਲਾਂ ਹੀ ਅਸੀਂ ਛਾਲ ਮਾਰ ਕੇ ਪਾਸੇ ਹੋ ਜਾਂਦੇ ਸੀ। ਇਸ ਗਿੱਲੇ ਰੇਤੇ ਤੇ ਤੁਰਨਾ ਵਧੀਆ ਲੱਗ ਰਿਹਾ ਸੀ। ਬਹੁਤ ਸਾਰੇ ਲੋਕ ਕਿਨਾਰੇ ਤੇ ਆ ਜਾ ਰਹੇ ਸਨ। ਕਈ ਮਰਦ ਗਾਂ ਸੁੰਦਰ ਚ ਕਾਫੀ ਡੁੰਗੇ ਨਹਾ ਰਹੇ ਸਨ। ਇੱਕ ਹੀਪੀ ਔਰਤ ਪਾਣੀ ਚ ਮਸਤ ਬੈਠੀ ਸੀ। ਉਹਦੀ ਸਾਰੀ ਤਾੜੀ ਪਾਣੀ ਦੇ ਅੰਦਰ ਸੀ। ਥੋੜੀ ਦੂਰ ਅਗਾ ਹੀਪੀ ਔਰਤਾਂ ਦਾ ਟੋਲਾ ਨਹਾ ਕੇ ਕੱਪੜੇ ਪਾ ਰਿਆ ਸੀ। ਉਸ ਟੋਲੇ ਤੋਂ ਇੱਕ ਪਾਸੇ 4-5 ਹੀਪੀ ਔਰਤਾਂ ਬਿਲਕੁਲ ਅਲਫ ਨੰਗੀਆਂ ਰੇਤੇ ਤੇ ਲੇਟੀਆਂ ਹੋਈਆਂ ਧੁੱਪਾਂ ਸੇਕ ਰਹੀਆਂ ਸਨ। ਲੋਕ ਹੋਂਨਾ ਕੋਲ ਖੜ ਖੜ ਗਾਂ ਤੁਰਦੇ ਸਨ। ਬਹੁਤ ਆਈ ਕੱਠ ਹੋਣ ਤੇ ਉਹ ਲੋਕਾਂ ਨੂੰ ਇਸ਼ਾਰੇ ਨਾਲ ਗੋ ਗੋ ਕਹਿ ਦਿੰਦੀਆਂ ਤੇ ਫਿਰ ਸਿਗਰਟਾਂ ਦੇ ਸੂਟੇ ਲਾਉਣ ਲੱਗ ਪੈਂਦੀਆਂ ਇਸ ਤੋਂ ਅੱਗੇ ਇੱਕ ਅੱਧਖੜਜੀ ਮੁੱਟੀ ਔਰਤ ਮਾਲਿਸ਼ ਕਰਨ ਵਾਲੇ ਤੋਂ ਆਪਣੇ ਸਾਰੇ ਸਰੀਰ ਤੇ ਕਿਸੇ ਖਾਸ ਤੇਲ ਦੀ ਮਾਲਿਸ਼ ਕਰਵਾ ਰਹੀ ਸੀ ਜਿਵੇਂ ਉਹਨੇ ਹੁਣੇ ਕਿਸੇ ਪਹਿਲਵਾਨ ਨਾਲ ਕੁਸ਼ਤੀ ਲੜਨੀ ਹੋਵੇ ਅਰੇ ਵੀ ਤੂੰ ਥੱਕ ਗਏ ਹੋ ਤਾਂ ਹਮ ਕਰੇ ਮਾਲਿਸ਼ ਉਧਰੋਂ ਆਰੀ ਇੱਕ ਟੋਲੀ ਚ ਇੱਕ ਨੌਜਵਾਨ ਨੇ ਮਾਲਿਸ਼ ਕਰਨ ਵਾਲੇ ਨੂੰ ਆਖਿਆ ਤੇ ਸਾਰੇ ਠਾਕੇ ਲਾਉਂਦੇ ਗਾਂਦ ਤੁਰ ਗਏ ਯਾਰ ਇੱਥੇ ਮਾਲਿਸ਼ ਕਰਨ ਦਾ ਕੰਮ ਹੀ ਨਾ ਤੋਰ ਲਈਏ ਜੀਤ ਫੇਰ ਆਖੇ ਬਿਨਾਂ ਨਾ ਰਹਿ ਸਕਿਆ ਇਸ ਤੋਂ ਅਗਾਂ ਹਿੱਪੀ ਮੁਟਿਆਰਾਂ ਨੂੰ ਕੁਝ ਕਾਲਜिएट ਮੁੰਡੇ ਘੇਰੀ ਖੜੇ ਸਨ ਤੇ ਅੰਗਰੇਜ਼ੀ ਦੇ ਵਿੱਚ ਕੋਈ ਆਪਣੀ ਆਪਸੀ ਵਰਤਾਲਾਪ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੋਈ ਡੂੰਗੀ ਗੱਲ ਅੰਗਰੇਜ਼ੀ 'ਚ ਨਾ ਕਰ ਸਕਣ ਕਰਕੇ ਉਸੇ ਘਟਾਂ ਦਾ ਯਾਦਾਨ ਪਦਾਂ ਪ੍ਰਦਾਨ ਕਰ ਰਹੇ ਸਨ ਇਹਨਾਂ ਕਾਲਜिएट ਮੁੰਡਿਆਂ ਨੇ ਟੂਰ ਤੇ ਔਨਸਰ ਆਪਣੀਆਂ ਆਦਤਾਂ ਤੇ ਪਹਿਰਾਵਾ ਜਾਣ ਬੁੱਝ ਕੇ ਨਾ ਹਿੱਪੀਆਂ ਵਰਗਾ ਬਣਾ ਰੱਖਿਆ ਸੀ ਤਾਂ ਕਿ ヒッピーਔਰਤਾਂ ਇਹਨਾਂ ਨੂੰ ਆਪਣਾ ਹੀ ਭਾਈਚਾਰਾ ਸਮਝਣ ਇਹਨਾਂ ਨੂੰ ਅਸੀਂ ਕਾਲੇ ヒッピー ਕਹਿੰਦੇ ਹੋਏ ਗਾਂ ਤੁਰ ਗਏ ਥੋੜੀ ਦੂਰ ਅੱਗੇ ਚਾਰ ヒッピー ਮਰਦ ਅਲਫ ਨੰਗੇ ਦੋ-ਦੋ ਦੀਆਂ ਟੋਲੀਆਂ ਬਣਾ ਕੇ ਰਿੰਗ ਖੇਡ ਰਹੇ ਸਨ ਇੱਕ ਜਣਾ ਰਿੰਗ ਨੂੰ ਤਾਂ ਚਲਾ ਦਿੰਦਾ ਦੂਜਾ ਉਹਨੂੰ ਬੋਚਣ ਲਈ ਮਗਰ ਦੌੜਦਾ ਸੀ ਉਹਨਾਂ ਦੇ ਕੋਲੋਂ ਵੀ ਅਨੇਕਾਂ ਹੀ ਆਦਮੀ ਲੰਘ ਰਹੇ ਸਨ ਸਾਰੇ ਕਦਵਾਰ ਉਹਨਾਂ ਵੱਲ ਨਿਗਾਹ ਮਾਰ ਕੇ ਗਾਂ ਤੁਰ ਜਾਂਦੇ ਸੀ ヒッピー ਔਰਤਾਂ ਦੀ ਤਰ੍ਹਾਂ ਉਹਨਾਂ ਦੇ ਕੋਲ ਕੋਈ ਵੀ ਨਹੀਂ ਖੜੋ ਰਿਹਾ ਸੀ ਜਿਸ ਤਰ੍ਹਾਂ ਇਹਨਾਂ ਦੀਆਂ हिप्पी ਔਰਤਾਂ ਸਾਡੇ ਮਰਦਾਂ ਨੂੰ ਆਪਣਾ ਨੰਗੇਜ਼ ਵਿਖਾਉਂਦੀਆਂ ਹਨ ਇਹ ਮਰਦ ਵੀ ਆਪਣਾ ਨੰਗੇਜ਼ ਵਿਖਾ ਕੇ ਵੀੜੀ ਲਾ ਰਹੇ ਸਨ ਆ ਗਾਂ ਵੀ ਇਹੀ ਕੁੱਤਖਾਨਾ ਹੋਣਾ ਇਹ ਕਹਿ ਕੇ ਸਾਡੇ ਚੋਂ ਇੱਕ ਦੋ ਜਣਿਆਂ ਨੇ ਇੱਥੇ ਹੀ ਪਛਾਹ ਮੋੜਨਾ ਚਾਹਿਆ ਪਰ ਸਾਹਮਣੇ 8-10 ਮੁੰਡੇ ਖੂਬ ਕਲਕਾਰੀਆਂ ਮਾਰ-ਮਾਰ ਹੱਸ ਰਹੇ ਸਨ ਤੇ ਆਪਣੇ ਇੱਕ ਸਾਥੀ ਨੂੰ ਬਰੇਤੀ ਚ ਦੱਬ ਕੇ ਉਹਦੇ ਆਲੇ ਦੁਆਲੇ ਨੱਚ ਰਹੇ ਸਨ ਵਾਪਸ ਮੁੜਨ ਦੀ ਬਜਾਏ ਅਸੀਂ ਉਹਨਾਂ ਵੱਲ ਹੋ ਤੁਰੇ ਨੇੜੇ ਆ ਕੇ ਉਹਨਾਂ ਦੀ ਕਾਰਾਗਰੀ ਵੇਖ ਕੇ ਅਸੀਂ ਵੀ ਹੱਸਣਾ ਰਹਿ ਸਕੇ ਇੱਕ ਮੁੰਡੇ ਨੂੰ ਰੇਤੇ ਤੇ ਲਟਾ ਕੇ ਉਹਦੀਆਂ ਲੱਤਾਂ ਬਾਹਾਂ ਤੇ ਧੜ ਰੇਤੇ 'ਚ ਦੱਬ ਦਿੱਤਾ ਸੀ ਸਿਰਫ ਉਹਦੀ ਗਰਦਨ ਤੇ ਸੇਰੀ ਰੇਤੇ ਤੋਂ ਬਾਹਰ ਸੀ ਧੜ ਤੇ ਹੀ ਗਿੱਲੇ ਰੇਤੇ ਨਾਲ ਔਰਤ ਦੀ ਤਰ੍ਹਾਂ ਛਾਤੀਆਂ ਬਣਾਤੀਆਂ ਇਸੇ ਤਰ੍ਹਾਂ ਮੁੰਡਾ ਕਿਸੇ ਨਗਰ ਔਰਤ ਦਾ ਬੁੱਤ ਲੱਗ ਰਿਹਾ ਸੀ ਲੋਕ ਵੀ ਔਰਤ ਦੇ ਇਸ ਨਗਰ ਬੁੱਤ ਨੂੰ ਵੇਖ ਕੇ ਹੱਸਦੇ ਗਾਂ ਲੰਘ ਰਹੇ ਸਨ ਇਹ ਮੁੰਡੇ ਪੰਜਾਬ ਦੇ ਕਿਸੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਸਨ ਉਹਨਾਂ ਮੁੰਡਿਆਂ ਤੋਂ ਕੁਝ ਕਦਮ ਪਾਸੇ हट ਕੇ ਅਸੀਂ ਰੇਤੇ 'ਤੇ ਬੈਠ ਗਏ ਸਾਰੇ ਥਕੀਵਾ ਮਹਿਸੂਸ ਕਰ ਰਹੇ ਸਨ ਹੁਣ ਅਸੀਂ ਦੂਸਰੀ ਬੋਤਲ ਵੀ ਇੱਕ ਇੱਕ ਪੈਗ ਲਾ ਕੇ ਖਾਲੀ ਕਰ ਦਿੱਤੀ। ਵੀ ਇਹ ਗੱਲ ਹੈ ਇਥੇ ਆਪਾਂ ਇੰਨੀਆਂ ਹੀਪੀ ਔਰਤਾਂ ਨੰਗੀਆਂ ਵੇਖੀਆਂ। ਤੁਸੀਂ ਸੱਚ ਦੱਸਿਓ ਕਿਸੇ ਦੇ ਮਨ 'ਚ ਕੋਈ ਉਤੇਜਨਾ ਆਈ? ਪੈਗ ਲਾਉਣ ਤੋਂ ਬਾਅਦ ਸੁਖਵੰਤ ਨੇ ਸਾਰਿਆਂ ਨੂੰ ਸਵਾਲੀਆ ਨਜ਼ਰਾਂ ਨਾਲ ਦੇਖਦੇ ਹੋਏ ਪੁੱਛਿਆ। ਸਾਰਿਆਂ ਨੇ ਨਾਂ 'ਚ ਸਿਰ ਫੇੜ ਦਿੱਤੇ। ਤਕਰੀਬਨ ਹਰੇਕ ਦੇ ਮਨ 'ਚ ਇਹ ਸਵਾਲ ਪੈਦਾ ਹੋ ਗਿਆ ਸੀ। ਸੁਖਵੰਤ ਆਦਤ ਅਨੁਸਾਰ ਘਾਟੀ ਬੋਲਦਾ ਸੀ ਪਰ ਜਦੋਂ ਕੋਈ ਵਿਚਾਰ ਉਹਦੇ ਮਨ 'ਚ ਆ ਜਾਂਦੇ ਤੱਬ ਦੇ ਚ ਜੇ ਕੋ ਉਸ ਵਿਸ਼ੇ ਤੇ ਬੋਲ ਲੈਂਦਾ ਸੀ ਹੁਣ ਵੀ ਉਹਦੇ ਮਨ ਅੰਦਰ ਕੋਈ ਉਥਲ ਪੁਥਲ ਹੋ ਰਹੀ ਸੀ ਉਹਦੇ ਸਟੇਡੇ ਸਵਾਲ ਦੇ ਜਵਾਬ ਚ ਸਾਰਿਆਂ ਨੇ ਨਾ ਕਹਿ ਦਿੱਤੀ ਸੀ ਪਰ ਕਾਰਨ ਕਿਸੇ ਨੂੰ ਵੀ ਸਮਝ ਨਹੀਂ ਸੀ ਆਇਆ ਸਾਨੂੰ ਖਾਮੋਸ਼ ਵੇਖ ਸੁਖਵੰਤ ਨੇ ਫੇਰ ਆਪ ਹੀ ਕਹਿਣਾ ਸ਼ੁਰੂ ਕਰ ਦਿੱਤਾ ਵੇਖੋ ਬਈ ਆਪਣੀ ਮਸ਼ੂਕਾ ਅੱਖਾਂ ਚ ਅੱਖਾਂ ਪਾ ਕੇ ਵੇਖ ਲਵੇ ਤਾਂ ਆਦਮੀ ਉਤੇਜਿਤ ਹੋ ਜਾਂਦਾ ਹੈ ਕਿਸੇ ਛੈਲ ਚ ਬੀਲੀ ਮੁਟਿਆਰ ਦੀ ਸਲਵਾਰ ਗਿੱਟਿਆਂ ਤੋਂ ਥੋੜੀ ਜੀ ਤਾਂ ਹੋ ਜਾਏ ਤਾਂ ਵੀ ਆਦਮੀ ਉਤੇਜਿਤ ਹੋ ਜਾਂਦਾ ਪਰ ਇੱਥੇ ਤਾਂ हिप्पी ਔਰਤਾਂ ਦੀਆਂ ਟੋਲੀਆਂ ਹੀ ਨੰਗੀਆਂ ਪਈਆਂ ਤੇ ਸਾਡੇ ਮਨਾਂ ਚ ਕੋਈ ਉਤੇਜਨਾ ਨਹੀਂ ਆਈ ਅਸੀਂ ਇਹਨਾਂ ਨੰਗੇ ਮਰਦ ਔਰਤਾਂ ਨੂੰ ਪਸ਼ੂਆਂ ਦੇ ਰੂਪ ਚੀਂ ਵੇਖ ਰਹੇ ਹਾਂ ਪਸ਼ੂਆਂ ਵਾਂਗੇ ਨੰਗੇ ਫਿਰ ਰਹੇ ਹਨ ਨੰਗੀਆਂ ਲੇਟੀਆਂ ਔਰਤਾਂ ਲੁਥਾਂ ਲੱਗ ਰਹੀਆਂ ਹਨ ਕਿਸੇ ਦਾ ਸਰੀਰ ਦਰਸ਼ਨੀ ਨਹੀਂ ਹੈ ਕਿਸੇ ਦੀਆਂ ਅੱਖਾਂ ਚ ਚਮਕ ਨਹੀਂ ਹੈ ਕਿਸੇ ਤੇ ਵੀ ਜਵਾਨੀ ਨਹੀਂ ਬਸ ਸਾਰੇ ਨਸ਼ਿਆਂ ਚ ਬੇਖਬਰ ਪਸ਼ੂਆਂ ਵਾਂਗ ਆਪਣੇ ਜਸਮਾਂ ਦਾ ਭਾਰ ਢੋ ਰਹੇ ਹਨ ਤੇ ਹੁਣ ਤੁਸੀਂ ਆਪ ਹੀ ਸੋਚੋ ਕਿ ਇਹਨਾਂ ਜਿਉਂਦੀਆਂ ਲੋਥਾਂ ਵੱਲ ਵੇਖ ਕੇ ਕਿਵੇਂ ਉਤੇਜਿਤ ਹੋਇਆ ਜਾ ਸਕਦਾ ਹੈ ਸੁਖਵੰਤ ਦਾ ਇਹ ਵਿਚਾਰ ਸੁਣ ਕੇ ਸਾਰਿਆਂ ਦੇ ਮਨਾਂ ਛੇਪੀਆਂ ਪ੍ਰਤੀ ਨਫਰਤ ਜੀ ਪੈਦਾ ਹੋ ਗਈ ਤੇ ਅਸੀਂ ਬੀਚ ਦਾ ਚੱਕਰ ਅਧੂਰਾ ਛੱਡ ਕੇ ਵਾਪਸ ਮੁੜ ਪਏ ਇੱਥੇ ਰਾਤ ਰਹਿਣ ਦਾ ਬਣਿਆ ਪ੍ਰੋਗਰਾਮ ਵੀ ਅਸੀਂ ਰੱਦ ਕਰ ਦਿੱਤਾ ਸੀ ਅਗਲੀ ਕਹਾਣੀ ਹੈ ਤੂੰ ਹੁਣ ਹੋਰ ਨਾ ਪੁੱਛੀ ਦਸੰਬਰ ਦਾ ਆਖਰੀ ਹਫਤਾ ਚੱਲ ਰਿਹਾ ਸੀ ਪਿਛਲੇ ਕਈ ਦਿਨਾਂ ਤੋਂ ਧੁੰਦ ਪੈ ਰਹੀ ਸੀ ਪਰ ਅੱਜ ਧੁੰਦ हट ਗਈ ਸੀ ਸੂਰਜ ਵੀ ਨਿਕਲ ਆਇਆ ਸੀ ਗੇਲੇ ਨੂੰ ਉਮੀਦ ਵੱਜੀ ਪਿਛਲੇ 3 ਦਿਨ ਤੋਂ ਲਗਾਤਾਰ ਖਾਲੀ ਮੁੜਦਾ ਰਿਹਾ ਸੀ ਅੱਜ ਉਹਨੂੰ ਕੋਈ ਕੰਮ ਮਿਲ ਜਾਣ ਦੀ ਪੂਰੀ ਆਸ ਸੀ ਉਹਨੇ ਸਾਈਕਲ ਇੱਕ ਪਾਸੇ ਲਾਇਆ ਆਪਣੇ ਤੋਂ ਖੇਸ ਲਾਇਆ ਤੇ ਤੈਅ ਕਰਕੇ ਸਾਈਕਲ ਦੇ ਕੈਰੀਅਰ ਤੇ ਟੰਗ ਦਿੱਤਾ ਗੇਲੇ ਨੇ ਹਲਕੇ ਨੀਲੇ ਰੰਗ ਦਾ ਟੈਰੀਕੋਰਡ ਦਾ ਪੁਰਾਣਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਹਲਕੇ ਨੀਲੇ ਰੰਗ ਦਾ ਸਵੈਟਰ ਉਹਦੇ ਸੂਟ ਨਾਲ ਮੈਚ ਕਰ ਰਿਹਾ ਸੀ ਸਿਰ ਤੇ ਉਹਨੇ ਛੋਟੇ-ਛੋਟੇ ਚੱਕ ਦਾ ਲਾਲ ਰੰਗ ਦਾ ਸਾਫਾ ਬੰਨਿਆ ਹੋਇਆ ਸੀ ਅੱਜ ਠੰਡ ਵੀ ਘੱਟੀ ਸੀ ਪਰ ਫਿਰ ਵੀ 15 15-16 ਕਿਲੋਮੀਟਰ ਸਾਈਕਲ ਚਲਾ ਕੇ ਆਇਆ ਹੁਣ ਕਰਕੇ ਉਹਦੇ ਹੱਥ ਠਰੇ ਹੋਏ ਸਨ ਉਹਨੇ ਦੋਹਾਂ ਹੱਥਾਂ ਨੂੰ ਆਪਸ 'ਚ ਰਗੜਿਆ ਤੇ ਬਾਹਾਂ ਕਟੀਆਂ ਕਰਕੇ ਛਾਤੀ ਨਾਲ ਲਾ ਲਈਆਂ ਉਹ ਮਜ਼ਦੂਰਾਂ ਦੇ ਝੁੰਡ ਤੋਂ ਪਾਸੇ ਜੇ ਹੋ ਕੇ ਖੜੋ ਗਿਆ ਉੱਥੇ 30-40 ਮਜ਼ਦੂਰਾਂ ਦਾ ਇਕੱਠ ਸੀ ਸਾਰਿਆਂ ਤੇ ਮੈਲੇ ਕੁਚਲੇ ਜੇ ਖੇਸ ਕੰਬੜ ਲੈ ਹੋਏ ਸਨ ਬਹੁਤੇ ਪਈਏ ਜਾਪ ਰਹੇ ਸਨ ਕੁਝ ਇਧਰ ਲਈ ਪਿੰਡਾਂ ਦੇ ਬੰਦੇ ਸਨ ਜਿਨ੍ਹਾਂ ਆਪਣੇ ਸਾਈਕਲ ਇੱਕ ਪਾਸੇ ਖੜਾਏ ਹੋਏ ਸਨ ਕਈ ਸਾਈਕਲਾਂ ਦੇ ਹੈਂਡਲਾਂ ਨਾਲ ਝੋਲੇ ਬੰਨੇ ਹੋਏ ਸਨ ਜਿਨ੍ਹਾਂ ਚ ਦੁਪਹਿਰ ਦੀਆਂ ਰੋਟੀਆਂ ਸਨ ਗੇਲਾ ਤਾਂ ਅੱਜ ਵੀ ਰੋਟੀ ਨਾਲ ਨਹੀਂ ਸੀ ਲਿਆਇਆ ਉਹ ਸਵੇਰੇ ਘਰੋਂ ਚੱਲਣ ਲੱਗਿਆ ਚਾਹ ਨਾਲ ਤਿੰਨ ਰੋਟੀਆਂ ਖਾ ਆਇਆ ਸੀ ਤੇ ਘਰ ਵਾਲੀ ਨੇ ਬਹੁਤ ਕਿਹਾ ਸੀ ਕਿ ਰੋਟੀ ਨਾਲ ਬੰਦ ਨਹੀਂ ਆ ਪਰ ਉਹਨੇ ਜਵਾਬ ਦਿੱਤਾ ਸੀ ਵੀ ਕਿਹੜਾ ਨਾਲ ਰੋਟੀਆਂ ਚੱਕੀ ਫਿਰੂਵੇਂ ਕੰਮ ਨਾ ਮਿਲੇ ਤਾਂ ਪਿੰਡ ਮੁੰਨਾ ਹੀ ਪੈਣਾ ਤੇ ਜੇ ਕੰਮ ਮਿਲ ਗਿਆ ਤਾਂ ਢਾਬੇ ਤੋਂ ਛੱਕ ਲਵਾਂਗੇ ਸ਼ਹਿਰ ਚ ਬੰਦਾ ਭੁੱਖਾ ਨਹੀਂ ਮਰਦਾ ਜੇਬ ਚ ਪੈਸੀ ਹੋਣੇ ਚਾਹੀਦੇ ਆ ਗੇਲੇ ਨੇ ਜੇਬ ਤੋਈ ਜੇਬ ਚ 80 90 ਰੁਪਏ ਸੀ ਉਹਨੇ ਘਰ ਵਾਲੀ ਤੇ ਬੱਚਿਆਂ ਵਾਸਤੇ ਰਬੜ ਦੇ ਬੂਟ ਵੀ ਲੈ ਜਾਣੇ ਸੀ ਵਿਚਾਰੇ ਸਿਆਲ ਚ ਵੀ ਚਪਲਾਈ ਪਾਈ ਫਿਰਦੇ ਸੀ ਤੇ ਉਹਨਾਂ ਦੇ ਪੈਰਾਂ ਦੇ ਵਾਹੀ ਮੇਚੇ ਵਾਲਾ ਕਾਗਜ਼ ਉ ਦੀ ਜੇਬ ਚ ਸੀ ਬਾਹਾਂ ਦੀ ਕਰੰਗੜੀ ਮਾਰੀ ਖੜਾ ਉਹ ਦੂਜਿਆਂ ਤੋਂ ਨਵੇਕਲਾ ਲੱਗ ਰਿਹਾ ਸੀ ਤੇ ਸੀ ਵੀ ਨਵੇਕਲਾ ਗੋਰਾ ਰੰਗ ਤੇ ਖੇ ਨੈਣ ਨਾਲ ਛੋਟੀ ਛੋਟੀ ਕੱਟੀ ਹੋਈ ਦਾੜੀ ਤੇ ਹੱਡ ਪੈਰਾਂ ਦਾ ਖੋਲਾ ਉਤੀ 32 ਸਾਲ ਦਾ ਨੌਜਵਾਨ ਜਾਪਦਾ ਸੀ ਜਿਵੇਂ ਕੋਈ ਜੱਟਾਂ ਦਾ ਮੁੰਡਾ ਮਜ਼ਦੂਰ ਲੈਣ ਆਇਆ ਹੋਵੇ ਪਰ ਉਹ ਤਾਂ ਆਪ ਮਜ਼ਦੂਰ ਬਣਿਆ ਖੜਿਆ ਹੱਸੇ ਜਦੋਂ ਸਾਈਕ ਮੋਟਰਸਾਈਕਲ ਸਕੂਟਰ ਮੋਟਰਸਾਈਕਲ ਵਾਲਾ ਕੋਈ ਆਦਮੀ ਉੱਥੇ ਆ ਕੇ ਰੁਕਦਾ ਤਾਂ ਕਈ ਮਜ਼ਦੂਰ ਉਹਦੇ ਦਿਵਾਲੇ ਹੋ ਜਾਂਦੇ ਆਉਣ ਵਾਲਾ ਕਿਸੇ ਮਜ਼ਦੂਰ ਨਾਲ ਦਿਹਾੜੀ ਮੁਕਾ ਕੇ ਉਹਨੂੰ ਆਪਣੇ ਸਕੂਟਰ ਤੇ ਬਿਠਾ ਕੇ ਲੈ ਜਾਂਦਾ ਉਹ ਸੋਚਦਾ ਕਿ ਜਦੋਂ ਕੋਈ ਹੁਣ ਆਇਆ ਤਾਂ ਉਹ ਵੀ ਅਗਾਹ ਹੋ ਜਾਏਗਾ ਪਰ ਉਸ ਤੋਂ ਅੱਗੇ ਨਾ ਹੋਇਆ ਜਾਂਦਾ ਤਾਂ ਉੱਥੇ ਖੜਾ ਰਹਿ ਜਾਂਦਾ ਇਸ ਤਰ੍ਹਾਂ ਤਿੰਨ ਦਿਨ ਖਾਲੀ ਮੁੜਦਾ ਰਿਹਾ ਸੀ ਉਹਦੀ ਕੋਈ ਦਿਹਾੜੀ ਨਹੀਂ ਸੀ ਲੱਗੀ ਦਿਹਾੜੀਆਂ ਉਹ ਲੱਗਦਾ ਹੀ ਨਹੀਂ ਸੀ ਹੁਣ ਉਹਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਜਦੋਂ ਆਇਆ ਉਹ ਵੀ ਅੱਗੇ ਹੋ ਜਾਏਗਾ ਜਦੋਂ ਕੋਈ ਆਇਆ ਉਹ ਵੀ ਅੱਗੇ ਹੋ ਜਾਏਗਾ ਤੇ ਥੋੜੀ ਦੇਰ ਬਾਅਦ ਹੀ ਉਹਦੀ ਉਮਰ ਦਾ ਇੱਕ ਪੁੱਛਵੀਂ ਪੱਗ ਵਾਲਾ ਨੌਜਵਾਨ ਮੋਟਰਸਾਈਕਲ ਤੇ ਆਇਆ ਕਈ ਮਜ਼ਦੂਰੋ ਦੇ ਦੁਆਲੇ ਹੋ ਗਏ ਗਿੱਲਾ ਉੱਥੇ ਖੜਾ ਰਿਹਾ ਉਸ ਪੱਗ ਵਾਲੇ ਨੌਜਵਾਨ ਨੇ ਮਜ਼ਦੂਰਾਂ ਵੱਲ ਵੇਖਿਆ ਤੇ ਫਿਰ ਪਾਸੇ ਖੜੇ ਗੇਲੇ ਵਾਲ ਨਿਗਾ ਸੁੱਟੀ ਗੇਲਾ ਉਹ ਨੌਜਵਾਨ ਨਾਲ ਅੱਖ ਨਾ ਮਿਲਾ ਸਕਿਆ ਉਹ ਕਿਸੇ ਹੋਰ ਮਜ਼ਦੂਰ ਨੂੰ ਲੈ ਕੇ ਚਲਾ ਗਿਆ ਇਹਨੂੰ ਕਹਿੰਦੇ ਆ ਨਾਲੇ ਲੱਸੀ ਲੈਣ ਜਾਣੇ ਨਾਲੇ ਕੁ ਜਲਕ ਹੋਣਾ ਗੇਲੇ ਨੂੰ ਇਹ ਕਹਾਵਤ ਯਾਦ ਆਈ ਤੇ ਮਨਿਮਨ ਬੇਵਸ ਹਾਸੀ ਹਸਿਆ 8:30 ਵਜ ਗਏ ਸੀ ਕਾਫੀ ਮਜ਼ਦੂਰ ਚਲੇ ਗਏ ਸੀ ਬਹੁਤੇ ਮਜ਼ਦੂਰ ਸ਼ਹਿਰ ਚੋਂ ਸੜ ਰਹੀਆਂ ਕੋਠੀਆਂ ਤੇ ਕੰਮ ਕਰਦੇ ਸੀ ਕੋਠੀਆਂ ਅਨੁਸਾਰ ਨੇ ਠੇਕੇਦਾਰਾਂ ਤੇ ਮਿਸਤਰੀਆਂ ਨੇ ਪੱਕੇ ਬੰਦੇ ਕੰਮ ਤੇ ਰੱਖੇ ਹੁੰਦੇ ਹਨ ਗੇਲੇ ਨੇ ਸੋਚਿਆ ਕਿ ਉਹ ਵੀ ਕਿਸੇ ਮਿਸਤਰੀ ਨਾਲ ਗੱਲ ਕਰ ਲਵੇ ਸੂਰਜ ਹੋਰ ਉੱਚਾ ਹੋ ਗਿਆ ਸੀ ਨਿੱਕੀ ਨਿੱਕੀ ਧੁੱਪ ਨਿਕਲ ਆਈ ਸੀ ਲੇਬਰ ਚੌਕ 'ਚ ਮਜ਼ਦੂਰ ਅਜੇ ਵੀ ਦੋ ਦੋ ਤਿੰਨ ਤਿੰਨ ਦੀਆਂ ਟੋਲੀਆਂ 'ਚ ਖੜੇ ਸਨ ਕੋਈ ਬੀੜੀ ਪੇਂ ਰਿਹਾ ਸੀ ਕੋਈ ਤਲੀ ਤੇ ਜੜਦਾ ਮਲ ਰਿਹਾ ਸੀ ਤੇ ਬਾਜ਼ਾਰ ਦੀਆਂ ਦੁਕਾਨਾਂ ਤੇ ਸ਼ਟਰ ਚੁੱਕੇ ਜਾ ਰਹੇ ਸਨ ਥੋੜਾ ਜਿਹਾ ਪਾਸੇ ਤੇ ਚਾਹ ਦੇ ਖੋਖੇ ਕੋਲ ਕੁਝ ਆਦਮੀ ਚਾਹ ਪੀ ਰਹੇ ਸਨ ਗੇਲੇ ਦੀ ਚਾਹ ਪੀਣ ਦੀ ਇੱਛਾ ਹੋਈ ਪਰ ਉਹ ਕਿਸੇ ਉਮੀਦ 'ਚ ਉੱਥੇ ਹੀ ਖੜਾ ਰਿਹਾ ਉਸੇ ਸਮੇਂ ਹੌਲੀ-ਹੌਲੀ ਆ ਰਹੀ ਇੱਕ ਵੱਡੀ ਸਾਰੀ ਕਾਲੇ ਸ਼ੀਸ਼ਿਆਂ ਵਾਲੀ ਕਾਲ ਕਾਲੀ ਕਾਰ ਉੱਥੇ ਆ ਕੇ ਰੁਕ ਗਈ। ਕਾਰ ਚੋਂ ਸੋਹਣੀ ਸੁਨੱਖੀ ਉੱਚੀ ਲੰਮੀ ਇੱਕ ਮੁਟਿਆਰ ਬਾਹਰ ਨਿਕਲੀ। ਉਹਨੇ ਨੀਲੀ ਜੀਨ ਨਾਲ ਚਮੜੇ ਦੀ ਜੈਕਟ ਪਾਈ ਸੀ। ਉਹਦੇ ਪੈਰਾਂ 'ਚ ਸਪੋਰਟਸ ਸ਼ੂਜ਼ ਸਨ। ਉਹਨੇ ਅੱਖਾਂ 'ਤੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਸਨ। ਉਹ ਅੱਗੇ ਨੂੰ ਆਈ। ਮਜ਼ਦੂਰ ਹੈਰਾਨੀ ਨਾਲ ਉਸਨੂੰ ਦੇਖ ਰਹੇ ਸਨ। ਕਿਸੇ ਦੀ ਉਸ ਵੱਲ ਜਾਣ ਦੀ ਜੁਰਤ ਨਾ ਹੋਈ। ਮੁਟਿਆਰ ਨੇ ਪਲ ਦੀ ਪਲ ਆਸ-ਪਾਸੇ ਵੇਖਿਆ ਤੇ ਲੰਮੇ-ਲੰਮੇ ਕਦਮ ਫੁੱਟਦੀ ਗੇਲੇ ਕੋਲ ਆ ਕੇ ਬੋਲੀ, ਕੰਮ ਤੇ ਚੱਲਣਾ। ਹਾਂਜੀ ਗਿੱਲੇ ਦੇ ਮੂੰਹੋਂ ਮਸਾਂ ਹੀ ਆਵਾਜ਼ ਨਿਕਲੀ ਤੇ ਆ ਮੇਰੇ ਨਾਲ ਗੱਡੀ 'ਚ ਬੈਠੋ ਨੇ ਹੁਕਮ ਦਿੱਤਾ ਗੇਲਾ ਤੁਰਨ ਲੱਗਾ ਪਰ ਕਦਮ ਪੁੱਟ ਕੇ ਰੁਕ ਗਿਆ ਜੀ ਮੇਰਾ ਸਾਈਕਲ ਉਹਨੇ ਇੱਕ ਪਾਸੇ ਖੜੇ ਆਪਣੇ ਸਾਈਕਲ ਵੱਲ ਇਸ਼ਾਰਾ ਕੀਤਾ ਸਾਈਕਲ ਦੇ ਕੋਲ ਇੱਕ ਮੋਚੀ ਆਪਣਾ ਅੱਡਾ ਲਾ ਕੇ ਬੈਠ ਗਿਆ ਸੀ ਇਸਕੇ ਸਾਈਕਲ ਦਾ ਖਿਆਲ ਰੱਖਣਾ ਮੁਟਿਆਰ ਨਿਰੋਬ ਨਾਲ ਮੋਚੀ ਨੂੰ ਕਿਹਾ ਜੱਕੋ ਤੱਕੀ ਜੀਚ ਗੇਲਾ ਤੁਰਨ ਲੱਗਿਆ ਮੋਚੀ ਨੇ ਵੀ ਉਹਨੂੰ ਜਾਣ ਦਾ ਇਸ਼ਾਰਾ ਕੀਤਾ ਤੇ ਹੱਥਾਂ ਦੇ ਇਸ਼ਾਰਿਆਂ ਨਾਲ ਸਮਝਾਤਾ ਕਿ ਸਾਈਕਲ ਦਾ ਫਿਕਰ ਨਾ ਕਰੇ ਮੁਟਿਆਰ ਨੇ ਡਰਾਈਵਰ ਸੀਟ ਤੇ ਬੈਠ ਕੇ ਖੱਬੇ ਪਾਸੇ ਵਾਲੀ ਪਿਛਲੀ ਬਾਰੀ ਖੋਲ ਦਿੱਤੀ ਗਿਲਾ ਗੱਡੀ 'ਚ ਬੈਠ ਕੇ ਇਸ ਤਰ੍ਹਾਂ ਦੀ ਸ਼ਾਨਦਾਰ ਕਾਰ 'ਚ ਪਹਿਲੀ ਵਾਰ ਬੈਠਾ ਸੀ ਕਾਰ ਝਟਕੇ ਨਾਲ ਤੁਰੀ ਤੇ ਫਿਰ ਤੇਜ਼ ਹੋ ਗਈ ਅਜੇ ਤੱਕ ਉਹ ਕੁਝ ਸੰਭਲਿਆ ਸਮਝਿਆ ਨਹੀਂ ਸੀ ਕਾਰ ਸ਼ਹਿਰ ਦੇ ਅਨੇਕਾਂ ਮੋੜ ਕੱਟ ਚੁੱਕੀ ਸੀ ਮੁਟਿਆਰ ਡਰਾਈਵਰ ਵਾਲੇ ਸ਼ੀਸ਼ੇ ਰਾਹੀਂ ਉਹਨੂੰ ਵੇਖ ਰਹੀ ਸੀ ਕੀ ਨਾਂ ਹੈ ਤੇਰਾ ਮੁਟਿਆਰ ਨੇ ਸ਼ੀਸ਼ੇ 'ਚ ਵੇਖਦੇ ਹਾਂ ਗਿਲੇ ਨੂੰ ਪੁੱਛਿਆ ਗੁਰਮੇਲ ਸਿੰਘ ਗਿਲੇ ਨੇ ਜਵਾਬ ਦਿੱਤਾ ਕਿੰਨਾ ਪੜਿਆ ਮੁਟਿਆਰ ਨੇ ਅਗਲਾ ਸਵਾਲ ਕੀਤਾ ਚਾਰਜ ਮਾਤਾ ਜੀ ਪੰਜਵੇਂ ਚੋਂ हट ਗਿਆ ਸੀ ਮੁਟਿਆਰ ਮੁਸਕਰਾਈ ਜਾਦੇ ਕੌਣ ਹੁੰਦੇ ਉਹਨੇ ਫਿਰ ਸਵਾਲ ਕੀਤਾ ਜੀ ਜੱਟ ਗੇਲੇ ਨੇ ਦੱਸਿਆ ਕਾਰ ਮੋੜ ਕੱਟਦੀ ਕੱਢਦੀ ਜਏ ਇਲਾਕੇ ਚ ਆ ਗਈ ਜਿੱਥੇ ਵੱਡੀਆਂ-ਵੱਡੀਆਂ ਕੋਠੀਆਂ ਸਨ ਤੇ ਫਿਰ ਇੱਕ ਕੋਠੀ ਵਿੱਚ ਦਾਖਲ ਹੋਈ ਜਿਹਦਾ ਗੇਟ ਬੰਦ ਸੀ ਪਰ ਕਾਰ ਦਾ ਬੰਪਰ ਲੱਗਣ ਨਾਲ ਖੁੱਲ ਗਿਆ ਕੋਠੀ ਦੇ ਲਾਂਚ ਰਿਚ ਵਰਗਾ ਕਾਲਾ ਤੋਤਾ ਘੁੰਮ ਰਿਹਾ ਸੀ ਗੱਡੀ ਪੋਰਚ ਚ ਰੋਕ ਕੇ ਮੁਟਿਆਰ ਬਾਹਰ ਨਿਕਲੀ ਤਾਂ ਕੁੱਤਾ ਉਹਨੂੰ ਭੌਂਕਿਆ ਤੇ ਫਿਰ ਲਾੜ ਨਾਲ ਉਸ ਨਾਲ ਖਹਿਣ ਲੱਗਿਆ ਟਾਈਗਰ ਮੋਟਿਆਰ ਨੇ ਕੁੱਤੇ ਦਾ ਸਿਰ ਪਲੋਸਿਆ ਟਾਈਗਰ ਨੇ ਉਸੇ ਵਕਤ ਗੱਡੀ 'ਚ ਬੈਠੇ ਗੇਲੇ ਨੂੰ ਵੇਖ ਲਿਆ ਤੇ ਬਾਰੀ ਕੋਲ ਆ ਕੇ ਉਹਨੂੰ ਘੂਰਨ ਲੱਗਾ ਈਟਾ ਵੱਡਾ ਕੁੱਤਾ ਇਹਦਾ ਪਾੜ ਕੇ ਖਾ ਜਾਏ ਬੰਦੇ ਨੂੰ ਗੇਲਾ ਕਾਰ 'ਚ ਬੈਠਾ ਵੀ ਡਰੀ ਜਾ ਰਿਹਾ ਸੀ ਟਾਈਗਰ ਗੋਟ ਯਰ ਕੇਸ ਮੋਟਿਆਰ ਨੇ ਇੱਕ ਪਾਸੇ ਪਈ ਲੋਹੇ ਦੇ ਵੱਡੇ ਪਿੰਜਰੇ ਵੱਲ ਇਸ਼ਾਰਾ ਕਰਕੇ ਸ਼ਕਤੀ ਨਾਲ ਕੁੱਤੇ ਨੂੰ ਕਿਹਾ ਤੇ ਕੁੱਤਾ ਭੱਜ ਕੇ ਉਸ ਪਿੰਜਰੇ 'ਚ ਵੜ ਗਿਆ ਉਹਨੇ ਪਿੰਜਰੇ ਦਾ ਦਰਵਾਜ਼ਾ ਬੰਦ ਕਰਕੇ ਅਰਲਾ ਦਿੱਤੀ ਫਿਰ ਉਹ ਕੋਠੀ ਦਾ ਬਾਹਰਲਾ ਗੇਟ ਵੀ ਅੰਦਰੋਂ ਬੰਦ ਕਰ ਆਈ ਉੱਚੀ ਉੱਚੀਆਂ ਕੰਧਾਂ 'ਚ ਘਿਰੀ ਏ ਕਿਲੇ ਵਰਗੀ ਕੋਠੀ ਗੇਲਾ ਹੈਰਾਨ ਹੋਈ ਜਾ ਰਿਹਾ ਸੀ ਕੀ ਕੰਮ ਹੋਇਆ ਇੱਥੇ ਤਾਂ ਕੋਈ ਕੰਮ ਦਿਸਦਾ ਨਹੀਂ ਮੁਟਿਆਰ ਨੇ ਆ ਕੇ ਕਰਦਾ ਦਰਵਾਜ਼ਾ ਖੋਲ੍ਹਿਆ ਤੇ ਬੋਲੀ ਬਾਹਰ ਆਓ ਮਿਸਟਰ ਗੁਰਮਿਲ ਸਿੰਘ ਗੇਲਾ ਬਾਹਰ ਨਿਕਲਿਆ ਉਹ ਕੁਝ ਡਰਿਆ ਤੇ ਘਬਰਾਇਆ ਹੋਇਆ ਸੀ ਜੀ ਕੰਮ ਉਹਨੇ ਮਸਾਂ ਆਵਾਜ਼ ਕੱਢੀ ਦੱਸਦੀਆਂ ਕੰਮ ਮੇਰੇ ਪਿੱਛੇ ਆ ਮੁਟਿਆਰ ਨੇ ਬੇਪਰਵਾਹੀ ਨਾਲ ਕਿਹਾ ਤੇ ਪੋਰਚਵਲ ਦੀ ਕੋਠੀ ਦੀ ਮੇਨ ਐਂਟ੍ਰੈਂਸ ਵਰਡਾ ਸਾਰਾ ਬੁਆ ਖੋਲ ਕੇ ਖੜੋ ਗਈ ਤੇ ਬੁਲੀ ਆਓ ਗੇਲਾ ਲੰਗ ਅੰਦਰ ਗਿਆ ਤਾਂ ਉਹਨੇ ਬੁਆ ਬੰਦ ਕਰ ਲਿਆ ਤੇ ਕਿਹਾ ਆਓ ਜੁੱਤੀ ਉਤਾਰ ਲਿਓ ਉਹਨੇ ਜੁੱਤੀ ਲਾ ਦਿੱਤੀ ਗੇਲਾ ਉਸ ਵੱਡੇ ਸਾਰੇ ਕਮਰੇ ਦੀ ਸਜਾਵਟ ਤੇ ਸਜਾਵਟ ਵੇਖ ਕੇ ਹੈਰਾਨ ਰਹਿ ਗਿਆ ਹੇਠਾਂ ਫਰਸ਼ ਤੇ ਵਿੱਚ ਗਲੀਚੇ ਚੋਂ ਦੇ ਪੈਰ ਤਸ ਤਸ ਜਾਂਦੇ ਸੀ ਕਮਰਾ ਨਿੱਗਾ ਵੀ ਸੀ ਬੈਠ ਚੋ ਮੁਟਿਆਰ ਨੇ ਇੱਕ ਸੋਫੇ ਵੱਲ ਇਸ਼ਾਰਾ ਕਰਕੇ ਕਿਹਾ ਝਿਜਕਦਾ ਹੋਇਆ ਗੇਲਾ ਵੱਡੇ ਸਾਰੇ ਸੋਫੇ ਤੇ ਬੈਠ ਗਿਆ ਰਿਲੈਕਸ ਗੁਰਮੇਲ ਸਿੰਘ ਰਿਲੈਕਸ ਡਰੋ ਮਤ ਉਹਨੇ ਕਿਹਾ ਕਿ ਤੇ ਪਾਣੀ ਦੇ ਗਲਾਸ ਟ੍ਰੇ 'ਚ ਰੱਖ ਲਈ ਪਾਣੀ ਪੀਓ ਗੁਰਮੇਲ ਸਿੰਘ ਪਾਣੀ ਉਹਨੇ ਪਾਣੀ ਦੇ ਗਲਾਸ ਵਾਲੇ ਸਾਰਾ ਕੀਤਾ ਤੇ ਗਲਾਸ ਆਪਣੇ ਬੁੱਲਾਂ ਨੂੰ ਲਾ ਲਿਆ ਗਿਲੇ ਨੇ ਪਾਣੀ ਪੀ ਲਿਆ ਜੀ ਕੰਮ ਉਹਨੇ ਕਹਿਣਾ ਚਾਹਿਆ ਫਿਰ ਉਹੀ ਗੱਲ ਦੱਸਦੀਆਂ ਕੰਮ ਵੀ ਕੰਮ ਕਰਵਾਉਣ ਨੂੰ ਹੀ ਤਾਂ ਲੈ ਕੇ ਆਈਆਂ ਮੁਟਿਆਰ ਨੇ ਠੇੜ ਪੰਜਾਬੀ 'ਚ ਕਿਹਾ ਗਿਲਾ ਜੀ ਵੀ ਸਾਮੇ ਆ ਜਾ ਬੈਠਾ ਸੀ ਤੂੰ ਜੱਟਾਂ ਦਾ ਮੁੰਡਾ ਹੈਂ ਹਾਂਜੀ ਲੱਗਦਾ ਨਹੀਂ ਜੱਟਾਂ ਦੇ ਮੁੰਡੇ ਤਾਂ ਐ ਨਹੀਂ ਡਰਦੇ ਹੁੰਦੇ ਡਰਦਾ ਤਾਂ ਮੈਂ ਵੀ ਨਹੀਂ ਗੇਲੇ ਨੇ ਕੁਝ ਗੜਕੇ ਨਾਲ ਕਿਹਾ ਪਰ ਜੱਟ ਤਾਂ ਦਿਹਾੜੀਆਂ ਨਹੀਂ ਕਰਦੇ ਕੁੜੀ ਨੇ ਫੇਰ ਸੇ ਦਵਾ ਸਵਾਲ ਕਰਤਾ ਕੀ ਕਰੀਏ ਜੀ ਜ਼ਮੀਨ ਥੋੜੀ ਐ ਗੇਲਾ ਜਵਾਬ ਦੇ ਕੇ ਰੋਣ ਹੱਕਾ ਜੇ ਹੋ ਗਿਆ ਮੁਟਿਆਰ ਨੂੰ ਮਹਿਸੂਸ ਹੋਇਆ ਕਿ ਉਹਨੂੰ ਇਹ ਸਵਾਲ ਨਹੀਂ ਸੀ ਕਰਨਾ ਚਾਹੀਦਾ ਮੇਰਾ ਮਤਲਬ ਐ ਕਿ ਕੋਈ ਹੋਰ ਕੰਮ ਕਰ ਲੈਂਦਾ ਉਹਨੇ ਕਿਹਾ ਉਹਦੇ ਬੋਲਾਂ ਚ ਹਮਦਰਦੀ ਸੀ ਹੋਰ ਕੰਮ ਕੀ ਕਰੀਏ ਦੁੱਧ ਵੇਚ ਕੇ ਗੁਜ਼ਾਰਾ ਕਰ ਲੈਂਦੇ ਸੀ ਪਰ ਐਤ ਕੀ ਸਾਡੀ ਸੱਜਰ ਸੂਈ ਮੱਝ ਮਰ ਗਈ ਦੂਜੀ ਮੱਝ ਗੁਜ਼ਾਰੇ ਜੋਗਾ ਦੁੱਧ ਦਿੰਦੀ ਐ ਗੇਲੇ ਨੇ ਦੱਸਿਆ ਵੀ ਐ ਮਨੇ ਫੇਰ ਪੁੱਛਿਆ ਹਾਂਜੀ ਦੋ ਮੁੰਡੇ ਆ ਇੱਕ 8 ਸਾਲ ਦਾ ਦੂਜਾ 6 ਸਾਲ ਦਾ ਘਰ ਵਾਲੀ ਕਿਹੋ ਜੀ ਹੈ ਜੀ ਸੋਹਣੀ ਹੈ ਮੇਰੇ ਤੋਂ ਸੋਹਣੀ ਹੈ ਮੋਟਿਆਰ ਨੇ ਨਖਰੇ ਨਾਲ ਕਿਹਾ ਤੇ ਖੜੀ ਹੋ ਗਈ ਨਹੀਂ ਜੀ ਤੁਹਾਡੇ ਤੋਂ ਸੋਹਣੀ ਨਹੀਂ ਉਹਦੀ ਤਾਂ ਕੰਮ ਚੀ ਭੂਤ ਨਹੀਂ ਭੁੱਲੀ ਰਹਿੰਦੀ ਹੈ ਗਿੱਲੇ ਨੇ ਜਵਾਬ ਦਿੱਤਾ ਭੁੱਖ ਲੱਗੀ ਹੈ ਜੀ ਨਹੀਂ ਪਰ ਮੈਨੂੰ ਲੱਗੀ ਹੈ ਕਿ ਆ ਕਿ ਉਹ ਡ్రਾਈ ਫਰੂਟ ਵਾਲੀ ਟ੍ਰੇ ਚੁੱਕ ਲਈ ਤੇ ਤਪਾਈ ਤੇ ਰੱਖੀ ਟੱਕਣ ਚੁੱਕ ਕੇ ਬੋਲੀ ਲੈ ਖਾ ਮੈਂ ਚਾਹ ਬਣਾਉਣੀ ਹੈ ਗਿੱਲੇ ਨੇ ਦੋ ਕਾਜੂ ਚੁੱਕ ਕੇ ਮੂੰਹ ਚ ਪਾ ਲਏ ਫਿਰ ਉਹਨੇ ਇਸ ਵੱਡੇ ਸਾਰੇ ਕਮਰੇ 'ਚ ਨਜ਼ਰਾਂ ਘੁਮਾਈਆਂ ਇੱਕ ਲੱਕੜ ਦੀ ਵੱਡੀ ਸਾਰੀ ਸ਼ੀਸ਼ਿਆਂ ਵਾਲੀ ਅਲਮਾਰੀ ਤਰ੍ਹਾਂ-ਤਰ੍ਹਾਂ ਦੇ ਸਜਾਵਟੀ ਸਮਾਨ ਨਾਲ ਭਰੀ ਹੋਈ ਸੀ ਸਾਹਮਣੇ ਕਾਂਸੇ ਦੀ ਇੱਕ ਵੱਡੀ ਸਾਰੀ ਤਸਵੀਰ ਤੇ ਗੇਲੇ ਦੀ ਨਜ਼ਰ ਅਟਕ ਗਈ ਇੱਕ ਨੌਜਵਾਨ ਆਦਮੀ ਸੋਹਣੀ ਮੁਟਿਆਰ ਨੂੰ ਪਾਣੀ ਵਿੱਚੋਂ ਬਾਹਰ ਕੱਢ ਰਿਹਾ ਹੈ ਮੁਟਿਆਰ ਦੇ ਹੱਥ 'ਚ ਘੜਾ ਹੈ ਤੇ ਉਹਦੇ ਕੱਪੜੇ ਭਿੱਜੇ ਹੋਏ ਹਨ ਦੋਹਾਂ ਦਾ ਸਰੀਰ ਇੱਕ ਹੈ ਪਰ ਉਪਰੋਂ ਦੋ ਦਿਸਦੇ ਹਨ ਕੌਣ ਹੈ ਭਲਾ ਇਹ ਮੁਟਿਆਰ ਨੇ ਉਹਨੂੰ ਤਸਵੀਰ ਵੱਲ ਟਿਕਟਿਕੇ ਲਾ ਕੇ ਵੇਖੀ ਜਾਂਦੇ ਹੋਏ ਨੂੰ ਪੁੱਛਿਆ ਉਜਾਦੇ 2 ਕੱਪ ਤੇ ਇੱਕ ਪਲੇਟ ਵਿੱਚ ਬਰਫੀ ਟਰੇ ਵਿੱਚ ਰੱਖ ਲਈ ਸੀ ਪਤਾ ਨਹੀਂ ਜੀ ਗੇਲੇ ਨੇ ਜਵਾਬ ਦਿੱਤਾ ਇਹ ਸੋਣੀ ਮਹੀਵਾਲੀ ਦੀ ਮਹੀਵਾਲੀ ਦੀ ਤਸਵੀਰ ਹੈ ਉਹਨੇ ਟਰੇ ਤਪਾਈ ਤੇ ਰੱਖ ਦਿੱਤੀ ਤੇ ਕਿਹਾ ਲੈ ਚਾਹ ਪੀਨੇ ਆ ਤੇ ਉਹਨੇ ਚਾਹ ਦਾ ਕੱਪ ਗੇਲੇ ਵੱਲ ਵਧਾ ਦਿੱਤਾ ਤੇ ਬਰਫੀ ਵਾਲੀ ਪਲੇਟ ਵੀ ਉਹਦੇ ਮੂਰੇ ਕਰ ਦਿੱਤੀ ਚਾਹ ਪੀਂਦੀ ਹੋਈ ਵੀ ਉਹ ਲਗਾਤਾਰ ਗੇਲੇ ਵਾਲੀ ਵੇਖ ਰਹੀ ਸੀ ਫਿਰ ਉਹਨੇ ਕਹਿਣਾ ਸ਼ੁਰੂ ਕੀਤਾ ਗੁਰਮੇਲ ਸਿੰਘ ਮੇਰਾ ਨਾਮ ਸੁਮੇਤ ਹੈ ਮੈਂ ਚੰਡੀਗੜ੍ਹ ਯੂਨੀਵਰਸਿਟੀ 'ਚ ਪੀ ਐਚ ਡੀ ਕਰ ਰਹੀ ਆਂ ਖਿਆਰ ਤੈਨੂੰ ਤਾਂ ਪਤਾ ਨਹੀਂ ਹੋਣਾ ਕਿ ਯੂਨੀਵਰਸਿਟੀ ਕੀ ਹੁੰਦੀ ਹੈ ਪੀ ਐਚ ਡੀ ਕੀ ਹੁੰਦੀ ਹੈ ਪਰ ਮੈਂ ਦੱਸ ਰਹੀ ਹਾਂ ਮੈਂ ਮਨੁੱਖਾਂ ਦੇ ਵਰਤਾਰੇ ਬਾਰੇ ਖੋਜ ਕਰ ਰਹੀ ਹਾਂ ਮੈਂ ਵੇਖਣਾ ਚਾਹੁੰਦੀ ਹਾਂ ਕਿ ਕਿਹੜੀਆਂ ਸਥਿਤੀਆਂ ਵਿੱਚ ਮਨੁੱਖ ਕਿਹੋ ਜਿਹਾ ਵਿਹਾਰ ਕਰਦਾ ਹੈ ਖਾਸ ਕਰਕੇ ਸੈਕਸ ਸਮੇ ਉਹ ਬੋਲ ਰਹੀ ਸੀ ਪਰ ਗੇਲੇ ਨੂੰ ਇੱਕ ਚੰਡੀਗੜ੍ਹ ਸ਼ਬਦ ਦੀ ਸਮਝ ਲੱਗੀ ਬਾਕੀ ਉਹਨੂੰ ਪਤਾ ਨਹੀਂ ਲੱਗਿਆ ਵੀ ਉਹ ਕੀ ਕਹਿ ਰਹੀ ਸੀ ਮਾਈ ਪੈਰੈਂਟਸ ਆ ਵਰਰੀ ਰਿਚ ਮੇਰੇ ਮੰਮੀ ਡੈਡੀ ਬਹੁਤ ਹੀ ਅਮੀਰ ਹੈ ਤੇ ਮੈਂ ਉਹਨਾਂ ਦੀ ਇਕਲੌਤੀ ਬੇਟੀ ਹਾਂ ਉਹ ਦੋਵੇਂ ਅੱਜ ਟੂਰ ਤੇ ਗਏ ਐ ਸ਼ਾਮ ਨੂੰ ਵਾਪਸ ਮੁੜਨਗੇ ਮੈਂ ਨੁਕਰਾਨੀ ਤੇ ਬੁੱਢੇ ਮਾਲੀ ਨੂੰ ਅੱਜ ਛੁੱਟੀ ਕਰ ਦਿੱਤੀ ਐ ਸੋ ਗੁਰਮੇਲ ਸਿੰਘ ਇੱਥੇ ਡਰਨ ਦੀ ਕੋਈ ਲੋੜ ਨਹੀਂ ਬਸ ਜਿਵੇਂ ਮੈਂ ਕਹਾਂ ਤੋ ਉਸੇ ਤਰ੍ਹਾਂ ਕਰੀ ਜਾਣਾ ਸੁਮੀਤ ਨੇ ਉਹਨੂੰ ਆਪਣਾ ਮਕਸਦ ਹੁਣ ਸਪਸ਼ਟ ਕਰ ਦਿੱਤਾ ਸੀ ਚਾਹ ਪੀਤੀ ਗਈ ਸੀ ਗੇਲਾ ਵੀ ਹੁਣ ਤੱਕ ਸਹਿਜ ਹੋ ਚੁੱਕਾ ਸੀ ਆਰ ਯੂ ਰੈਡੀ ਨਾਓ ਲੈਟਸ ਸਟਾਰਟ ਸੁਮੀਤ ਨੇ ਅੰਗਰੇਜ਼ੀ ਚ ਕਿਹਾ ਤੇ ਫਿਰ ਆਪ ਹੀ ਹੱਥ ਦੀ ਤਾੜੀ ਮਾਰ ਕੇ ਹੱਸਣ ਲੱਗੀ ਫਿਰ ਉਹਨੇ ਆਪਣੀ ਚਮੜੇ ਦੀ ਜੈਕਟ ਉਤਾਰ ਕੇ ਸੋਫੇ ਤੇ ਛੁੱਟ ਦਿੱਤੀ ਗੇਲੇ ਨੂੰ ਕੋਈ ਸਮਝ ਨਹੀਂ ਸੀ ਲੱਗੀ ਕਿ ਉਹ ਕਿਉਂ ਹੱਸ ਰਹੀ ਹੈ ਪਰ ਮੁਸਕਰਾਟ ਉਹਦੇ ਬੁੱਲਾਂ ਤੇ ਵੀ ਆ ਗਈ ਸੁਮੇਤ ਵੀ ਇਹ ਮੁਸਕਰਾਟ ਵੇਖਣਾ ਚਾਹੁੰਦੀ ਸੀ ਫਿਰ ਉਹ ਵੱਡੀ ਸਾਰੀ ਲੱਕੜ ਦੀ ਉਹ ਸਲਮਾਰੀ ਕੋਲ ਗਈ ਤੇ ਉਹਦੇ ਅੰਦਰ ਅੰਦਰੋਂ ਕੋਈ ਬਟਨ ਨੱਪਿਆ ਤਾਂ ਧਮਕੇ ਨਾਲ ਸਾਜ਼ ਵੱਜਣੇ ਸ਼ੁਰੂ ਹੋ ਗਏ ਸਾਜ਼ਾਂ ਦੀ ਤਾਲ ਤੇ ਉਹ ਡਾਂਸ ਕਰਨ ਲੱਗ ਪਈ ਚਿੱਟੀ ਟੀ-ਸ਼ਰਟ ਦੇ ਹੇਠੋਂ ਉਹਦੀਆਂ ਭਾਰੀਆਂ ਛਾਤੀਆਂ ਦੇ ਆਕਾਰ ਤੇ ਬनावਟ ਸਪਸ਼ਟ ਦਿਖਾਈ ਦੇ ਰਹੇ ਸਨ ਗੇਲਾ ਉਸ ਵਾਲੇ ਇੱਕ ਟੱਕ ਵੇਖਦਾ ਰਿਹਾ ਬਹੁਤ ਸੋਹਣਾ ਡਾਂਸ ਕਰ ਰਹੀ ਸੀ ਨੱਚਦੀ ਨੱਚਦੀ ਰੁਕ ਗਈ ਤੇ ਬੋਲੀ ਮੈਂ ਕਿਉਂ ਜੀ ਆ ਨੱਚਦੀ ਆ ਗੁਰਮੇਲ ਸਿੰਘ ਜੀ ਬਹੁਤ ਸੋਹਣਾ ਮੈਂ ਤਾਂ ਇੰਨਾ ਸੋਹਣਾ ਨੱਚਦੀ ਕੁੜੀ ਕਦੇ ਨਹੀਂ ਦੇਖੀ ਗੇਲੇ ਨੇ ਜਵਾਬ ਦਿੱਤਾ ਤੂੰ ਵੀ ਨੱਚ ਲੈਣਾ ਉਹਨੇ ਜਵਾਬ ਦਿੱਤਾ ਨਹੀਂ ਜੀ ਸਾਨੂੰ ਵੱਲ ਕਿਤੇ ਆਪਣੇ ਵਿਆਹ ਵੇਲੇ ਵੀ ਨਹੀਂ ਨੱਚਿਆ ਸੀ ਨਹੀਂ ਜੀ ਆ ਤਾਂ ਫਿਰ ਅੱਜ ਤੈਨੂੰ ਮੈਂ ਨੱਚਣਾ ਸਿਖਾਉਣੀ ਆ ਸਮੀਤ ਨੇ ਉਹਨੂੰ ਹੱਥ ਫੜ ਕੇ ਉਠਾ ਲਿਆ ਗੇਲਾ ਵਿੰਗੇ ਟਡੇ ਜਿਹੇ ਪੈਰ ਮਾਰਨ ਲੱਗਿਆ ਸਮੀਤ ਉਹਨੂੰ ਵੇਖ ਕੇ ਹੱਸਣ ਲੱਗੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਉਹਨੇ ਉਹਨੂੰ ਦੱਸਿਆ ਤੇ ਆਪ ਐਕਸ਼ਨ ਕਰਕੇ ਦਿਖਾਉਣ ਲੱਗੀ ਪਰ ਗੇਲੇ ਨੂੰ ਨੱਚੜਾ ਨਾ ਆਇਆ ਸੁਮੀਤ ਨੇ ਸਟੀਰੀਓ ਬੰਦ ਕਰ ਦਿੱਤਾ ਤੇ ਸੋਫੇ ਤੇ ਆ ਬੈਠੇ ਉਹਦਾ ਸਾਹ ਚੜ ਗਿਆ ਸੀ ਹੁਣ ਕੰਮ ਦੱਸਾਂ ਫਿਰ ਉਹਨੇ ਗੇਲੇ ਵੱਲ ਟਿਕ ਟਿਕ ਇਲਾ ਕੇ ਦੇਖਦੇ ਹੋਏ ਕਿਹਾ ਜੀ ਦੱਸੋ ਤੇ ਉੱਠ ਕੇ ਖੜ ਗਿਆ ਮੇਰੇ ਪਿੱਛੇ ਆ ਸੁਮੀਤ ਉਹਨੂੰ ਬੈਡਰੂਮ ਚ ਲੈ ਗਈ ਤੇ ਉਸ ਨਾਲ ਅਟੈਚਡ ਬਾਥਰੂਮ ਦਾ ਬੂਆ ਖੋਲ ਕੇ ਬੋਲੀ ਉਹ ਦੇਖੇ ਗੁਸਲਖਾਨ ਹੈ ਇਸ ਲਾਲ ਟੂਟੀ ਰੈਂ ਗਰਮ ਪਾਣੀ ਆਉਂਦਾ ਹੈ ਤੇ ਇਸ ਹਰੀ ਟੂਟੀ ਰੈਂ ਠੰਡਾ ਇੱਥੇ ਪਹਿਲਾਂ ਨਹਾਓ ਆ ਤੇਲ ਸਾਬਣ ਤੌਲੀਆ ਵਗੈਰਾ ਸਭ ਕੁਝ ਹੈ ਸਾਬਣ ਤੇ ਲਾ ਕੇ ਚੰਗੀ ਤਰ੍ਹਾਂ ਨਹਾਉਣਾ ਹੈ ਸਮੀਤ ਨੇ ਬਾਥਰੂਮ ਚ ਵੜ ਕੇ ਉਹਨੂੰ ਸਾਰਾ ਕੁਝ ਸਮਝਾ ਦਿੱਤਾ ਤੇ ਆਪ ਬਾਹਰ ਨਿਕਲਣ ਲੱਗੀ ਫਿਰ ਰੁੱਕ ਕੇ ਬੋਲੀ ਨਾ ਆ ਕੇ ਆਪਣੇ ਕੱਪੜੇ ਨਹੀਂ ਪਹਿਨਣੇ ਇਕੱਲਾ ਗਾਉਂ ਨਹੀਂ ਪਾਣਾ ਉਹਨੇ ਬਾਥਰੂਮ ਚ ਹੈਂਗਰ ਤੇ ਲਟਕ ਰਹੇ ਗਾਉਂ ਵੱਲ ਇਸ਼ਾਰਾ ਕੀਤਾ ਤੇ ਬਾਰ ਬੰਦ ਕਰ ਦਿੱਤਾ ਗੇਲੇ ਨੇ ਉਧਰ ਵੇਖਿਆ ਹਲਕੇ ਗੁਲਾਬੀ ਰੰਗ ਦਾ ਚੋਲਾ ਜਿਹਾ ਕਿੱਲੀ ਤੇ ਲਟਕ ਰਿਹਾ ਸੀ ਦੁੱਧ ਚਿੱਟੀਆਂ ਸੰਗ ਮਰਮਰ ਦੀਆਂ ਟਾਈਲਾਂ ਦਾ ਬਣਿਆ ਹੋਇਆ ਗੁਸਲਖਾਨਾ ਗੇਲੇ ਕੀ ਬੈਠ ਕੇ ਜਿੱਡਾ ਸੀ ਉਹਨੇ ਇੱਕ ਵੱਡੀ ਸਾਰੀ ਪਲਾਸਟਿਕ ਦੀ ਬਾਲਟੀ 'ਚ ਗਰਮ ਪਾਣੀ ਦੀ ਟੂਟੀ ਛੱਡ ਲਈ ਕੱਪੜੇ ਉਤਾਰਨ ਲੱਗਿਆ ਗਰਮ ਪਾਣੀ ਪਾਫਾਂ ਛੱਡ ਰਿਹਾ ਸੀ ਗਿਲੇ ਨੇ ਇਸ ਤੇ ਲੋੜ ਮੁਤਾਬਕ ਠੰਡਾ ਪਾਣੀ ਪਾਇਆ ਤੇ ਨਹਾਉਣ ਲੱਗਿਆ ਅੱਗੇ ਤਾਂ ਕੰਮ ਕਰਕੇ ਪਿੱਛੋਂ ਹੀ ਨਹਾਉਂਦੇ ਰਹੇ ਆ ਪਰ ਅੱਜ ਕੋਈ ਕੰਮ ਕਰਨ ਤੋਂ ਪਹਿਲਾਂ ਹੀ ਨਹਾਇਆ ਜਾ ਰਿਹਾ ਹੈ ਇਹ ਸੋਚ ਕੇ ਉਹ ਮਾਨੀ ਮਨ ਵਿੱਚ ਹੀ ਹੱਸਿਆ ਨਹਾ ਕੇ ਉਹਨੇ ਤੌਲੀਏ ਨਾਲ ਰਗੜ ਰਗੜ ਕੇ ਪਿੰਡਾ ਪੂੰਝਿਆ ਫਿਰ ਉਹਨੇ ਗਾਉਂ ਚੁੱਕ ਕੇ ਵੇਖਿਆ ਤੇ ਆਪਣੀਆਂ ਬਾਹਾਂ ਉਸ 'ਚ ਅੜਾ ਦਿੱਤੀਆਂ ਇਹ ਤਾਂ ਪਾਣਾ ਵੀ ਸੌਖਾ ਹੀ ਹੈ ਉਹ ਫੇਰ ਮਨ ਚ ਹੱਸਿਆ ਜਦੋਂ ਨੇ ਬਾਰ ਖੋਲਿਆ ਬੈਡਰੂਮ ਚ ਸਾਹਮਣੇ ਸੁਮੇਤ ਚਿੱਟੀ ਪਾਰਦਰਸ਼ੀ ਮੈਕਸੀ ਪਾਈ ਖੜੀ ਸੀ ਸਿਰ ਦੇ ਵਾਲ ਉਹਨੇ ਮੋਢਿਆਂ ਤੇ ਛੁੱਟੇ ਹੋਏ ਸਨ ਉਹਦੀਆਂ ਅੱਖਾਂ ਨਿਸ਼ਾਈਆਂ ਹੋਈਆਂ ਸਨ ਗੇਲੇ ਦੇ ਸਰੀਰ 'ਚ ਚਨਾਟ ਜੀ ਦੌੜ ਗਈ ਬੈਠੋ ਸੁਮੇਤ ਨੇ ਉਹਨੂੰ ਬੈੱਡ ਤੇ ਬੈਠ ਜਾਣ ਦਾ ਇਸ਼ਾਰਾ ਕੀਤਾ ਉਹ ਡਬਲ ਬੈੱਡ ਤੇ ਇੱਕ ਪਾਸੇ ਲਤਾਂ ਲੰਗਾ ਕੇ ਬੈਠ ਗਿਆ ਉਸ ਵਕਤ ਉਹਨੂੰ ਆਪਣੀ ਮੁਕਲਾਵੇ ਵਾਲੀ ਰਾਤ ਯਾਦ ਆ ਗਈ ਉਸ ਰਾਤ ਉਹ ਘਰ ਵਾਲੀ ਦੁਆਰਾ ਲਿਆਂਦੇ ਡਬਲ ਬੈੱਡ ਦੀ ਇੱਕ ਨੁੱਕਰੇ ਬੈਠਾ ਉਹਦਾ ਇੰਤਜ਼ਾਰ ਕਰ ਰਿਆ ਸੀ। ਵਾਣ ਦੇ ਮੰਜੇ ਤੇ ਸੌਣ ਵਾਲੇ ਗੇਲੇ ਨੂੰ ਉਸ ਸਮੇਂ ਉਹ ਡਬਲ ਬੈੱਡ ਬਹੁਤ ਵੱਡਾ ਤੇ ਸੋਹਣਾ ਲੱਗ ਰਿਹਾ ਸੀ। ਪਰ ਅੱਜ ਵਾਲੇ ਡਬਲ ਬੈੱਡ ਦੇ ਮੁਕਾਬਲੇ ਤਾਂ ਕੁਝ ਵੀ ਨਹੀਂ ਸੀ। ਲੱਕੜ ਦੇ ਫੱਟੇ ਹੀ ਸਨ। ਸੁਮੀਤ ਵੀ ਡਬਲ ਬੈੱਡ ਤੇ ਆ ਬੈਠੀ। ਉਹਨੇ ਬੈੱਡ ਦੇ ਢੋਹ ਦੇ ਇੱਕ ਖਾਨੇ 'ਚ ਚੌੜੀ ਦੀ ਵਿਸਕੀ ਦੀ ਬੋਤਲ ਕੱਢ ਲਈ। ਕੱਚ ਦੇ ਦੋ ਗਲਾਸ ਤੇ ਸੋਡੇ ਦੀ ਬੋਤਲ ਤਪਾਈ ਤੇ ਪਹਿਲਾਂ ਹੀ ਰੱਖੇ ਹੋਏ ਸੀ। ਨਾਲ ਹੀ ਇੱਕ ਪਲੇਟ 'ਚ ਭੁੰਨੇ ਹੋਏ ਕਾਜੂ ਪਏ ਸਨ। ਉਨੇ ਵੱਡੇ ਵੱਡੇ ਪੈਗ ਬਣਾਏ ਗੁਰਮੇਲ ਸਿੰਘ ਵਿਸਕੀ ਤਾਂ ਪੀ ਲੈਂਦਾ ਨਾ ਜੱਟਾਂ ਦਾ ਕਿਹੜਾ ਮੁੰਡਾ ਨਹੀਂ ਪੀਂਦਾ ਵਿਸਕੀ ਨਹੀਂ ਤਾਂ ਘਰ ਦੀ ਕੱਢੀ ਦਾਰੂ ਪੀ ਲੈਂਦੇ ਆ ਇਹ ਕਹਿ ਕੇ ਉਹਨੇ ਇੱਕ ਗਲਾਸ ਗੇਲੇ ਦੇ ਹੱਥ ਫੜਾ ਦਿੱਤਾ ਦੂਜਾ ਗਲਾਸ ਉਹਨੇ ਆਪ ਚੁੱਕਿਆ ਤੇ ਉਹਦੇ ਗਲਾਸ ਨਾਲ ਟਕਰਾ ਕੇ ਬੋਲੀ ਚੀਅਰਸ ਚੀਅਰਸ ਕਹਿ ਕੇ ਉਹ ਕੁੱਟ-ਕੁੱਟ ਭਰ ਕੇ ਵਿਸਕੀ ਪੀਣ ਲੱਗੀ ਪਰ ਗੇਲਾ ਇੱਕੋ ਸਾਰਾ ਸਹਾਇ ਸਾਰਾ ਪੈਗ ਪੀ ਗਿਆ ਜਦੋਂ ਆਪਣੇ ਪਿੰਡ ਪੁੱਜਾ ਤਾਂ ਦਿਨ ਢਲ ਰਿਹਾ ਸੀ ਉਨੇ ਸਾਈਕਲ ਤੇ ਹੈਂਡਲ ਨਾਲ ਇੱਕ ਸੁੱਕਾ ਭਰਿਆ ਝੋਲਾ ਟੰਗਿਆ ਹੋਇਆ ਸੀ ਉਹ ਘਰ ਵੜਿਆ ਤੇ ਉਹਦੇ ਦੋਵੇਂ ਮੁੰਡੇ ਉਸ ਵੱਲ ਭੱਜੇ ਆਏ ਉਹ ਸਾਈਕਲ ਤੋਂ ਉਤਰ ਕੇ ਸਟੈਂਡ ਲਾਉਣ ਲੱਗਾ ਮੁੰਡੇ ਝੋਲੇ ਨੂੰ ਟੋਟੋ ਵੇਖ ਰਹੇ ਸਨ ਵੱਡਾ ਮੁੰਡਾ ਹਾਸਾ ਚੜਾ ਰਿਹਾ ਸੀ ਜਿਵੇਂ ਉਹਨੂੰ ਕੋਈ ਸੁਗੰਧ ਆ ਰਹੀ ਹੋਵੇ ਗਿੱਲੇ ਨੇ ਹੈਂਡਲ ਨਾਲੋਂ ਝੋਲਾ ਖੋਲ੍ਹਿਆ ਤੇ ਮੰਜੇ ਤੇ ਰੱਖ ਕੇ ਉਸ ਤੋਂ ਸਮਾਨ ਕੱਢਣ ਲੱਗਾ ਉਹਦੀ ਘਰ ਵਾਲੀ ਅਮਰੋ ਵੀ ਪਸ਼ੂਆਂ ਨੂੰ ਦਾਣਾ ਰਲਾ ਕੇ ਹੱਥ ਛੱਡਦੀ ਹੋਈ ਆ ਗਈ ਉਹਨੇ ਖੁਸ਼ੀ ਤੇ ਹੈਰਾਨੀ ਨਾਲ ਗਿੱਲੇ ਵੱਲ ਵੇਖਿਆ ਸਭ ਤੋਂ ਪਹਿਲਾਂ ਗੀਲੇ ਨੇ ਝੋਲੇ ਚੋ ਕੇਲੇ ਵਾਲਾ ਲਫਾਫਾ ਬਾਹਰ ਕੱਢਿਆ ਜਵਾਕਾਂ ਦੇ ਚਿਹਰੇ ਖਿੜ ਗਏ ਉਹਨੇ ਦੋਹਾਂ ਨੂੰ ਗੁੱਛੇ ਨਾਲ ਤੋੜ ਕੇ ਇੱਕ-ਇੱਕ ਕੇਲਾ ਫੜਾਤਾ ਫਿਰ ਉਹਨੇ ਮੂੰਗਫਲੀ ਦਾ ਭਰਿਆ ਲਫਾਫਾ ਕੱਢਿਆ ਫਿਰ ਗੁੜ ਦੀ ਗੱਚਕ ਵਾਲਾ ਫਿਰ ਉਹਨੇ ਬੂਟਾਂ ਵਾਲੇ ਤਿੰਨ ਡੱਬੇ ਕੱਢ ਕੇ ਮੰਜੇ ਤੇ ਰੱਖਤੇ ਮੁੰਡਿਆਂ ਲਈ ਚਮੜੇ ਦੇ ਬੂਟ ਤੇ ਅਮਰੋ ਲਈ ਚਮੜੇ ਦੀ ਗੁਰਗਾਬੀ ਸੀ ਕੇਲੇ ਖਾ ਕੇ ਮੁੰਡੇ ਪੈਰਾਂ 'ਚ ਬੂਟ ਪਾ ਕੇ ਵੇਖਣ ਲੱਗੇ ਤੇ ਅਮਰੋ ਨੇ ਵੀ ਗੁਰਗਾਬੀ ਪਾਈ ਤੇ ਚੱਲ ਕੇ ਵੇਖਣ ਲੱਗੇ ਗੁਰਗਾਬੀ ਉਹਦੀ ਵਧੀਆ ਮੇਚ ਸੀ ਉਹ ਪੂਰੀ ਖੁਸ਼ੀ ਤੇ ਸਵਾਲੀਆ ਨਜ਼ਰਾਂ ਨਾਲ ਗੇਲੇ ਵੱਲ ਵੇਖ ਰਹੀ ਸੀ। ਇਹਨੇ ਪੈਸੇ ਕਿੱਥੋਂ ਲਏ? ਤੂੰ ਤਾਂ ਆ ਵੀ ਸਦੇ ਆਇਆ ਗਿਆ। ਅਮਰੋ ਨੇ ਉਹਨੂੰ ਪੁੱਛਿਆ, "ਬਸ ਲੈ ਲੈ ਕਿ ਤੂੰ?" ਹੱਸਦੇ ਹੋਏ ਗੇਲੇ ਨੇ ਕਿਹਾ, "ਜੋ ਆਕਾ ਨੇ ਗੱਚਕ ਵਾਲਾ ਲਫਾਫਾ ਵੀ ਪਾੜ ਲਿਆ ਸੀ ਤੇ ਆਪਣੇ ਨਵੇਂ ਬੂਟ ਆੜੀਆਂ ਨੂੰ ਵਖਾਣ ਲਿਓ। ਗੱਚੱਖਾਂ ਦੇਖਾਂ ਦੇ ਬਾਹਰ ਨੂੰ ਭੱਜ ਗਏ ਸੀ।" ਦੱਸ ਵੀ ਅਮਰੋ ਨੇ ਫਿਰ ਕਿਹਾ, "ਗੇਲੇ ਨੇ ਜੇਬ ਚੋਂ 5-500 ਦੇ ਕਈ ਨੋਟ ਕੱਢੇ ਤੇ ਅਮਰੋ ਦੀਆਂ ਅੱਖਾਂ ਅੱਗੇ ਕਰਕੇ ਨੋਟਾਂ ਵਾਲਾ ਹੱਥ ਮਿਲਾਉਣ ਹਿਲਾਉਣ ਲੱਗ ਪਏ। ਅਮਰੂ ਦੀਆਂ ਖਾਡੀਆਂ ਗਈਆਂ ਬੂ ਮੈਂ ਮਰ ਜਾ ਐਨੇ ਵੇਸੇ ਅੱਜ ਕਿੱਥੋਂ ਲੈ ਆਇਆ ਹੈ ਹੈਰਾਨੀ ਚ ਮਰੋ ਦਾ ਸੱਜਾ ਹੱਥੋਂ ਦੀ ਠੋਡੀ ਤੇ ਜੱਟ ਗਿਆ ਸੀ ਤੇ ਉਹ ਟਿਕ ਟਿਕੇ ਲਾ ਕੇ ਉਸ ਵੱਲ ਵੇਖਣ ਲੱਗੇ ਗੇਲਾ ਮੁਸਕਰਾ ਰਿਹਾ ਸੀ ਲੈ ਦੱਸਦਾ ਨਹੀਂ ਦੰਦ ਕੱਢੀ ਜਾਂਦਾ ਵੀ ਕਿਤੇ ਡਾਕਾ ਡੂਕਾ ਤਾਂ ਨਹੀਂ ਮਾਰ ਲਿਆ ਆ ਲੈ ਤੈਨੂੰ ਮੈਂ ਇਹੋ ਜਿਹਾ ਦੱਸਦਾ ਫਿਰ ਦੱਸਦਾ ਕਿਉਂ ਨਹੀਂ ਦੱਸ ਦੂੰ ਨਹੀਂ ਹੁਣੇ ਦੱਸ ਰਾਤ ਨੂੰ ਦੱਸ ਦੂੰ ਇਹ ਕਹਿ ਕੇ ਗੇਲਾ ਬਾਹਰ ਜਾਣ ਲਈ ਉੱਠ ਖੜੋਤਾ ਪਰ ਅਮਰੂ ਨੇ ਉਹਨੂੰ ਮੋਢੇ ਤੋਂ ਫੜ ਲਿਆ ਤੇ ਚੰਝੋੜਦੀ ਹੋਈ ਬੋਲੀ ਵੇ ਮੈਨੂੰ ਤਾਂ ਤੇਰੀ ਪੀਤੀ ਵੀ ਲੱਗਦੀ ਐ ਗੇਲਾ ਪਛਾਣ ਨੂੰ ਹਟਣ ਲੱਗਿਆ ਨੇੜੇ ਹੋ ਕੇ ਅਮਰੋ ਨੂੰ ਸੁੰਘਣ ਲੱਗੇ ਵੀ ਤੇਰੇ ਚੋਂ ਤੇਰੇ ਚੋਂ ਖੁਸ਼ਬੂ ਜੀ ਵੀ ਕਾਦੀ ਆਉਂਦੀ ਐ ਆਉਂਦੀ ਐ ਖੁਸ਼ਬੂ ਦੋ ਦਿਨ ਹੋ ਗਏ ਨਾਤੇ ਨਹੀਂ ਮੁਸ਼ਕ ਮਾਰਦਾ ਹੋ ਹੱਸਦੇ ਹੋਏ ਗੇਲੇ ਨੇ ਕਿਹਾ ਤੇ ਉਤੋਂ ਮੋਢਾ ਛੁੜਾ ਕੇ ਚੌੜਜੀ ਕਰਦਾ ਬਾਹਰ ਨੂੰ ਭੱਜ ਗਿਆ ਘਰੋਂ ਨਿਕਲ ਕੇ ਖੁੰਡਾਂ ਤੇ ਬੈਠੀ ਮੰਢੀ ਈੜਵਾਲ ਜਾਣ ਦੀ ਬਜਾਏ ਖੇਤਾਂ ਵੱਲ ਨਿਕਲ ਗਿਆ ਉਹ ਅੱਜ ਦੇ ਦਿਨ ਬਾਰੇ ਸੋਚ ਰਿਹਾ ਸੀ ਉਸ ਨਾਲ ਕਿੱਡਾ ਜੀ ਪਾਣਾ ਵਰਤ ਗਿਆ ਸੀ ਸੁਮੇਤ ਨੇ ਬਿਨਾ ਗਿਣੇ 5-500 ਦੇ ਨੋਟ ਉਹਦੀ ਜੇਬ ਚ ਆਪ ਹੀ ਪਾਤੇ ਸੀ ਤੇ ਕਿਹਾ ਸੀ ਗੁਰਮੇਲ ਸਿੰਘ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਜੋ ਕੁਝ ਅੱਜ ਵਾਪਰੇ ਇਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆਪਣੇ ਘਰ ਵਾਲੇ ਨੂੰ ਵੀ ਨਹੀਂ ਦੱਸਣਾ ਪਰ ਅਮਰੋ ਤਾਂ ਹੁਣ ਸਾਰੀ ਗੱਲ ਪੁੱਛ ਕੇ ਖੜਾ ਛੱਡੂਗੀ ਅਮਰੋ ਕੋਲ ਉਹ ਕੀ ਝੂਠ ਬੋਲੇ ਝੂਠ ਦੇ ਪਿਆਰ ਨਹੀਂ ਹੁੰਦੇ ਤੇ ਫਿਰ ਉਹ ਅਮਰੋ ਨੂੰ ਕੀ ਜਵਾਬ ਦੇਵੇ ਉਹ ਕਿੰਨੀ ਕਾਲੀ ਕਰ ਗਿਆ ਸੀ ਅਮਰੋ ਨੂੰ ਪੈਸਿਆਂ ਬਾਰੇ ਦੱਸਣਾ ਹੀ ਨਹੀਂ ਸੀ ਗੇਲੇ ਨੂੰ ਹੁਣ ਇਹ ਚਿੰਤਾ ਸਤਾ ਰਹੀ ਸੀ ਵਿਸਕੀ ਦਾ ਨਸ਼ਾ ਕਦੋਂ ਦਾ ਲਹਿ ਗਿਆ ਸੀ ਖੇਤ ਜਾ ਕੇ ਉਹਨੇ ਟਾਲੀ ਕਣਕ ਦੀ ਵਟ ਨਾਲ ਦੱਬੀ ਬੋਤਲ ਕੱਢ ਲਈ ਪਿਛਲੇ ਮਹੀਨੇ ਉਹਨੇ दारू ਦਾ ਤੋੜਾ ਕੱਢਿਆ ਸੀ ਪੰਜ ਬੋਤਲਾਂ ਨਿਕਲ ਆਈਆਂ ਸਨ ਤਿੰਨ ਬੋਤਲਾਂ ਉਹਨੇ ਵੇਚਤੀਆਂ ਸੀ ਤੇ ਦੋ ਆਪਣੇ ਪੀਣ ਲਈ ਰੱਖ ਲਈਆਂ ਸੀ ਉਹਨੂੰ ਪੀਣ ਦੀ ਲਲਕ ਨਹੀਂ ਸੀ ਪਰ ਜੇ ਕੋਲ ਹੋਵੇ ਤਾਂ ਉਹ ਕਦੇ-ਕਦੇ ਪੀ ਲੈਂਦਾ ਸੀ ਉਹਨੇ ਬੋਤਲਾਂ ਨਾਲ ਮਿੱਟੀ ਝਾੜੀ ਵੇਖਿਆ ਸ਼ਰਾਬ ਪਾਉਏ ਤਾਂ ਕੁਝ ਘਾਟੀ ਸੀ ਬੋਤਲ ਲੈ ਕੇ ਉਹ ਨਾਲ ਹੀ ਵਗਦੇ ਪੱਕੇ ਖਾਲ ਤੇ ਆ ਬੈਠਾ ਤੇ ਬੋਤਲ ਪਾਣੀ 'ਚ ਡੁਬੋ ਕੇ ਉਹਨੇ ਅੱਧੀ ਕਰ ਲਈ ਇਹ ਉਹਨੇ ਬੋਤਲ ਨੂੰ ਮੂੰਹ ਲਾ ਕੇ ਵੱਡੀ ਸਾਰੀ ਘੁੱਟ ਭਰ ਕੇ ਰੱਖਤਾ। ਸੁਮੇਤ ਵੀ ਘੁੱਟ ਭਰ ਕੇ ਗਲਾਸ ਰੱਖ ਦਿੰਦੀ ਸੀ। ਹੌਲੀ-ਹੌਲੀ ਉਹਨੇ ਦੋ ਤਿੰਨ ਘੁੱਟਾਂ ਹੋਰ ਭਰ ਲਈਆਂ। ਸ਼ਾਮ ਹੋ ਰਹੀ ਸੀ। ਖੇਤਾਂ 'ਚ ਕੋਈ ਨਹੀਂ ਸੀ। ਉਹਦਾ ਜੀ ਕੀਤਾ ਕਿ ਖੁਸ਼ੀ 'ਚ ਛਾਲਾ ਮਾਰੇ ਤੇ ਨੱਚੇ। ਪਰ ਉਹ ਬੈਠਾ ਰਿਹਾ। ਉਹ ਤਾਂ ਖੜਾ ਨਾ ਹੋਇਆ ਗਿਆ। ਤੂੰ ਜੱਟਾਂ ਦਾ ਮੁੰਡਾ ਹੈ। ਪਰ ਜੱਟ ਤਾਂ ਦਿਹਾੜੀਆਂ ਨਹੀਂ ਕਰਦੇ। ਮੇਰਾ ਮਤਲਬ ਹੈ ਕੋਈ ਹੋਰ ਕੰਮ ਕਰ ਲੈਂਦਾ। ਸੁਮੇਤ ਦੇ ਸਵਾਲ ਵੀ ਗੇਲੇ ਦੇ ਦਿਮਾਗ 'ਚ ਘੁੰਮ ਰਹੇ ਸੀ। ਕੋਈ ਹੋਰ ਕੰਮ? ਕੋਈ ਹੋਰ ਕੰਮ? ਕੋਈ ਹੋਰ ਕੰਮ ਟਰੱਕਾਂ ਦਾ ਕੰਮ। ਗੇਲਾ ਕੰਮਾਂ ਬਾਰੇ ਸੋਚਣ ਲੱਗਿਆ। ਉਹਨੂੰ ਆਪਣਾ ਚਾਚਾ ਪਾਲਾ ਯਾਦ ਆਇਆ। ਪਾਲਾ ਉਹਦੇ ਪਿਓ ਦਾ ਮਸੇਰ ਸੀ। ਜੋ ਘਰੋਂ ਭੱਜ ਕੇ ਟਰੱਕਾਂ ਦੇ ਡਰਾਈਵਰ じゃ ਲੱਗਿਆ ਸੀ ਤੇ ਫਿਰ ਉਹਨੇ ਹੌਲੀ-ਹੌਲੀ ਆਪਣੇ ਤਿੰਨ ਟਰੱਕ ਬਣਾ ਲਏ ਸੀ। ਟਰੱਕਾਂ ਦੀ ਕਮਾਈ 'ਚ ਉਹਨੇ 10-12 ਕਿੱਲੇ ਜ਼ਮੀਨ ਵੀ ਬਣਾਈ ਤੇ ਮੁੰਡਾ ਪੜ੍ਹਾਲ ਖਾ ਕੇ ਨੌਕਰੀ ਤੇ ਲਵਾ ਲਿਆ ਸੀ। ਤੇ ਹੁਣ ਟਰੱਕਾਂ ਦਾ ਕੰਮ ਛੱਡ ਕੇ ਪਾਲਾ ਘਰੇ ਆਰਾਮ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ। ਅੱਜ ਤੋਂ 18-20 ਸਾਲ ਪਹਿਲਾਂ ਜਦੋਂ ਪਾਲਾ ਉਹਨੂੰ ਮਿਲਣ ਆਉਂਦਾ ਸੀ ਸਾਰੇ ਟੱਬਰ ਨੂੰ ਚਾ ਚੜ ਜਾਂਦਾ ਸੀ ਉਦੋਂ ਗਿੱਲੋ ਗੇਲੇ ਦੇ ਬਾਪੂ ਹੋ ਰਹੀ ਤਿੰਨ ਭਰਾ ਇਕੱਠੇ ਸੀ ਤੇ ਉਹਦਾ ਬਾਬਾ ਵੀ ਜਿਉਂਦਾ ਸੀ ਪਾਲੇ ਨੂੰ ਘਰ ਚ ਬਹੁਤ ਮਾਨ ਸਨਮਾਨ ਮਿਲਦਾ ਸੀ ਉਹ ਦਿੱਲੀ ਦੇਖਣ ਸਭ ਘੁੰਮਿਆ ਹੁਣ ਕਰਕੇ ਬੜੀਆਂ ਸਵਾਦ ਲੀਆਂ ਘਟਨਾਵਾਂ ਸੁਣਾਉਂਦਾ ਸੀ ਸਾਰੇ ਉਹਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦੇ ਰਾਤ ਨੂੰ ਉਹ ਜਵਾਕਾਂ ਨੂੰ ਬਾਤਾਂ ਸੁਣਾਉਂਦਾ ਘਰ ਚ ਵੱਖ-ਵੱਖ ਉਮਰਾਂ ਵਾਲੀ 8-10 ਜਵਾਕ ਸੀ ਸਾਰੇ ਪਾਲੇ ਦੇ ਨੇੜੇ ਟੁਕ-ਟੁਕ ਬੈਠਦੇ ਸਨ ਉਹਨੂੰ ਪਰੀਆਂ ਤੇ ਦਿਵਾਂ ਦੀਆਂ ਅਨੇਕਾਂ ਬਾਤਾਂ ਯਾਦ ਸੀ ਤੇ ਉਹਦਾ ਬਾਤ ਸੁਣਾਉਣ ਦਾ ਢੰਗ ਵੀ ਵਧੀਆ ਹੁੰਦਾ ਸੀ ਕਿੰਨੇ ਸਾਲ ਹੋ ਗਏ ਹਨ ਹੁਣ ਚਾਚਾ ਪਾਲਾ ਕਦੇ ਆਇਆ ਹੀ ਨਹੀਂ ਉਹ ਦਿਨ ਕਿੰਨੇ ਵਧੀਆ ਸਨ ਸਾਰਾ ਪਰਿਵਾਰ ਇਕੱਠਾ ਸੀ ਹੁਣ ਤਾਂ ਸਾਰੇ ਭਰਾ ਚਾਰ-ਚਾਰ ਕਨਾਲਾਂ ਲੈ ਕੇ ਆਪਣੇ ਬਾਪ ਨਾਲੋਂ ਵੀ ਅੱਡ ਹੋਏ ਬੈਠੇ ਸਨ ਕਿਸੇ ਦਾ ਮੂੰਹ ਕਿੱਧਰ ਸੀ ਕਿਸੇ ਦਾ ਕਿੱਧਰ ਸੋਚਾਂ ਸੋਚਦੋਂ ਘਰ ਮੁੜਿਆ ਤਾਂ ਹਨੇਰਾ ਉਤਰ ਆਇਆ ਸੀ ਤੇ ਠੰਡ ਵੀ ਜ਼ਿਆਦਾ ਹੋ ਗਈ ਸੀ ਉਹਨੇ ਬਾਹਰਲਾ ਬਾਹਰ ਲਾਇਆ ਤੇ ਪਸ਼ੂਆਂ ਵਾਲੇ ਛਤੜੇ ਦੀ ਪੱਲੀ ਵੀ ھیਠਾਂ ਛੁੱਟ ਦਿੰਦੀ ਅਮਰੋ ਨੇ ਪਸ਼ੂ ਪਹਿਲਾਂ ਹੀ ਅੰਦਰ ਬੰਦ ਦਿੱਤੇ ਸੀ ਉਨੇ ਵੇੜੇ 'ਚ ਲੱਗੇ ਨਲਕੇ ਤੋਂ ਹੱਥ ਧੋਤੇ ਤੇ ਚੌਂਤਰੇ ਤੇ ਚੜਦਾ ਹੀ ਬੋਲਿਆ ਪਾਸੇ ਹਟ ਜਾ ਬਈ ਆਪਣੇ ਪਾਪੂ ਜੀ ਨੂੰ ਬੈਠਣ ਦਿਓ ਅਮਰੋ ਰੋਟੀਆਂ ਪਕਾ ਰਹੀ ਸੀ ਦੋਵੇਂ ਮੁੰਡੇ ਰੋਟੀ ਖਾ ਚੁੱਕੇ ਸੀ ਬੈਠਣਸਾਰ ਉਹਨੇ ਦੋ ਤਿੰਨ ਛਟੀਆਂ ਪਨ ਕੇ ਚੁੱਲ੍ਹੇ ਚਲਾਤੀਆਂ ਇੱਕਦਮ ਅੱਗ ਤੇਜ਼ ਹੋ ਗਈ ਅਮਰੋ ਕੁਛ ਨਾ ਬੋਲੀ ਪਰ ਉਹਨੇ ਛਟੀਆਂ ਪਿਛਾਅ ਕਰਦੀਆਂ ਮੁੰਡੇ ਵੀ ਚੁੱਲ੍ਹੇ ਮੂਹਰੇ ਉੱਠ ਖੜੋਤੇ ਤੇ ਅੰਦਰ ਜਾ ਕੇ ਪੈ ਗਏ ਅਮਰੋ ਨੇ ਉਹਨੂੰ ਰੋਟੀ ਪਾ ਦਿੱਤੀ ਸਾਗ ਤਾਂ ਬਹੁਤ ਸੁਆਦ ਬਣਿਆ ਪਹਿਲਾ ਪਹਿਲੀ ਬੁਰਕੀ ਮੂੰਹ 'ਚ ਪਾ ਕੇ ਗੇਲਾ ਬੋਲਿਆ ਅਮਰੋ ਕੁਛ ਨਾ ਬੁਲੀ ਉਰਸੀ ਲੱਗਦੀ ਸੀ ਗੇਲੇ ਨੇ ਵਿੱਚੋਂ ਪਕਰ ਕੇ ਰੋਟੀ ਖਾ ਲਈ ਤੇ ਹੱਥੋਂ ਕੇ ਅੰਦਰ ਮੰਜੇ ਤੇ ਗਦਾਲਾ ਬਚਾ ਕੇ ਰਜਾਈ ਲੈ ਕੇ ਪੈ ਗਿਆ। ਬਿਜਲੀ ਦੁਪਹਿਰ ਦੀ ਖਰਾਬ ਸੀ ਕਮਰੇ 'ਚ ਮਿੱਟੀ ਦੇ ਤੇਲ ਦਾ ਦੀਵਾ ਜਗ ਰਿਹਾ ਸੀ। ਅਮਰੋ ਨਿਚੁੱਲੇ ਮੂਰੇ ਬੈਠੀ ਨੇ ਛੇਤੀ ਛੇਤੀ ਰੋਟੀ ਖਾਦੀ ਤੇ ਭਾਂਡਾ ਟਿੰਡਾ ਸਮੇਟਿਆ ਉਹਨੂੰ ਡਰ ਸੀ ਕਿ ਗੇਲਾ ਉਹਦੇ ਜਾਣ ਤੋਂ ਪਹਿਲਾਂ ਹੀ ਨਾ ਸੌਂ ਜਾਏ। ਬੱਚੇ ਸੌਂ ਗਏ ਸਨ ਆਨਸਾਰ ਉਹ ਗੇਲੇ ਦੀ ਰਜਾਈ 'ਚ ਵੜ ਗਏ। ਹਈ ਕਰਦੇ ਉਹਨੇ ਸੱਜੀ ਬਾਹ ਗੇਲੇ ਦੇ ਉਤੋਂ ਦੀ ਵੜਲੇ ਗੇਲਾ ਸਿੱਧਾ ਪਿਆਰਿਆ ਉਹ ਜੇ ਵੀ ਪਾਲੇ ਬਾਰੇ ਸੋਚ ਪਾਲੇ ਬਾਰੇ ਸੋਚ ਰਿਹਾ ਸੀ ਮੂੰਹ ਇਧਰ ਕਰ ਅਮਰੋੜੇ ਨੂੰ ਤੇ ਮੂੰਹ ਤੇ ਹੱਥ ਰੱਖ ਕੇ ਕਿਹਾ ਗੇਲੇ ਨੇ ਮੂੰਹ ਹਸਲ ਕਰ ਲਿਆ ਹਾਂ ਦੱਸ ਫਿਰ ਐਨੇ ਫੇਸੀ ਕਿੱਥੋਂ ਲਏ ਰਜਾਈ ਸੂਤ ਕਰਦੀ ਅਮਰੋੜੇ ਨੂੰ ਪੁੱਛਿਆ ਦੱਸਦਾ ਬੱਬਾ ਦੱਸਦਾ ਕਾਲੀ ਕਿਉਂ ਪੈਨੀ ਹੈ ਪਰ ਪਹਿਲਾਂ ਅੱਜ ਇੱਕ ਬਾਤ ਸੁਣ ਗੇਲੇ ਨੇ ਕਿਹਾ ਬਚਪਨ ਚ ਚਾਚੇ ਪਾਲੇ ਤੇ ਸੁਣੀਆਂ ਬਾਤਾਂ ਵਿੱਚੋਂ अनेका ਗੇਲੇ ਦੀ ਯਾਦ ਹੋ ਆਈਆਂ ਕਦੇ ਕਦੇ ਲਾਰਡ ਚ ਕੋਈ ਨਾ ਕੋਈ ਬਾਤ ਅਮਰੋ ਨੂੰ ਸੁਣਾ ਦਿੰਦਾ ਸੀ ਉਹਦੀ ਬਾਤ ਪਾਲੇ ਵਾਲਾ ਬਿਰਤਾਂਤ ਤੇ ਰਸਤਾ ਨਹੀਂ ਸੀ ਹੁੰਦਾ ਪਰ ਅਮਰੋ ਫੇਰ ਵੀ ਖੁਸ਼ ਹੋ ਜਾਂਦੀ ਸੀ ਅੱਜ ਵੀ ਉਹਦੇ ਇੱਕ ਬਾਤ ਯਾਦ ਆ ਗਈ ਤੇ ਸੁਣਾਉਣ ਲੱਗਿਆ ਇੱਕ ਕਿਸਾਨ ਦਾ ਮੁੰਡਾ ਜੰਗਲ ਚ ਰਾਹ ਭੁੱਲ ਗਿਆ ਉਹ ਚੱਲਦਾ ਗਿਆ ਚੱਲਦਾ ਗਿਆ ਜੰਗਲ ਦਾ ਮੁਕੰਚੀ ਨਾ ਆਵੇ ਹਮ ਅਮਰੋ ਨੇ ਹੁੰਗਾਰਾ ਭਰਿਆ ਚਲੋ ਚਲੋ ਚਾਲ ਚੱਲਦਾ ਉਹ ਇੱਕ ਬਹੁਤ ਹੀ ਸੁੰਦਰ ਜਗ੍ਹਾ ਤੇ ਪਹੁੰਚ ਗਿਆ ਉੱਥੇ ਬਹੁਤ ਸੋਹਣੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਵਾਲੇ ਫੁੱਲਾਂ ਦੇ ਦਰਖਤ ਤੇ ਵੇਲ ਬੂਟੇ ਸੀ ਦਰਖਤਾਂ ਵਿੱਚ ਅੱਗੇ ਇੱਕ ਸੁੰਦਰ ਮਹਿਲ ਸੀ ਹਮ ਮੁੰਡਾ ਮਹਿਲ ਦੇ ਅੰਦਰ ਦਾਖਲ ਹੋ ਗਿਆ ਮਹਿਲ ਦੇ ਅੰਦਰ ਸੁੰਨਸਰਾ ਸੀ ਉਹ ਹੋਰ ਅੱਗੇ ਗਿਆ ਤਾਂ ਉਹਨੂੰ ਬਹੁਤ ਹੀ ਖੂਬਸੂਰਤ ਤੇ ਨੌਜਵਾਨ ਕੁੜੀ ਮਿਲੀ ਹੂੰ ਕੁੜੀ ਨੂੰ ਵੇਖ ਕੇ ਪਹਿਲਾਂ ਹੱਸੀ ਫਿਰ ਰੋਈ ਮੁੰਡੇ ਨੇ ਉਹਨੂੰ ਪੁੱਛਿਆ ਵੀ ਇਹ ਕੀ ਗੱਲ ਤੂੰ ਮੈਨੂੰ ਵੇਖ ਕੇ ਪਹਿਲਾਂ ਹੱਸੀ ਫਿਰ ਰੋਈ ਹੂੰ ਪਹਿਲਾਂ ਮੈਂ ਹੱਸੀ ਇਸ ਕਰਕੇ ਵੀ ਮੁੱਦਤ ਬਾਅਦ ਨੌਜਵਾਨ ਆਦਮੀ ਦੇ ਦਰਸ਼ਨ ਕੀਤੇ ਰੋਈ ਇਸ ਕਰਕੇ ਆ ਕਿ ਮੇਰਾ ਪਿਓ ਦਿਓ ਹੈ ਉਹ ਹੁਣੇ ਆਏਗਾ ਤੇ ਤੈਨੂੰ ਖਾ ਜਾਏਗਾ ਹੂੰ ਮੁੰਡਾ ਡਰ ਗਿਆ ਕੁੜੀ ਕਹਿੰਦੀ ਡਰਨਾ ਮੈਂ ਤੈਨੂੰ ਪਚਾ ਸਕਦੀ ਹਾਂ ਤੈਨੂੰ ਮੇਰੀ ਹਰ ਗੱਲ ਮੰਨਣੀ ਪਊ ਜਿਵੇਂ ਮੈਂ ਕਹਾਂ ਤੈਨੂੰ ਉਵੇਂ ਹੀ ਕਰਨਾ ਪਊ ਉਸੇ ਵਕਤ ਬੱਦਲ ਦੇ ਗਰਜਣ ਵਰਗੀ ਆਵਾਜ਼ ਆਈ ਦਿਓ ਆ ਰਿਆ ਸੀ ਕੁੜੀ ਨੇ ਜਾਦੂ ਮਾਰ ਕੇ ਮੁੰਡੇ ਨੂੰ ਮੱਖੀ ਬਣਾ ਕੇ ਕੰਧ ਨਾਲ ਚਿਪਕਾ ਦਿੱਤਾ ਦਿਓ ਆ ਕੇ ਬੂ ਮਾਨਸ ਬੂ ਮਾਨਸ ਕਰਨ ਲੱਗਾ ਮਾਨਸ ਇੱਥੇ ਕਿੱਥੋਂ ਆ ਗਿਆ ਤੈਨੂੰ ਮੇਰੇ ਚੋਂ ਹੀ ਬੂ ਆਉਂਦੀ ਹੂ ਮੈਨੂੰ ਹੀ ਮਾਰ ਕੇ ਖਾ ਲੈ ਕੁੜੀ ਨੇ ਦਿਓ ਨੂੰ ਟਰਕਾ ਦਿੱਤਾ ਹੂੰ ਜਦੋਂ ਦਿਓ ਚਲਾ ਗਿਆ ਤਾਂ ਕੁੜੀ ਨੇ ਉਹਨੂੰ ਫੇਰ ਮੱਖੀ ਤੋਂ ਬੰਦਾ ਬਣਾ ਲਿਆ ਉਹਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਤੇ ਸੁੱਕੇ ਮੇਵੇ ਖਵਾਏ ਉਹਨੂੰ ਨਹਾਇਆ ਤੋਹਾਇਆ ਫਿਰ ਉਸ ਨਾਲ ਪ੍ਰੇਮ ਦੀ ਖੇਡ ਖੇਡੀ ਦਿਓ ਦੇ ਆਉਣ ਤੋਂ ਪਹਿਲਾਂ ਹੀ ਉਹਨੂੰ ਮੱਖੀ ਬਣਾ ਦਿਆ ਕਰੇ ਤੇ ਜਦੋਂ ਦਿਓ ਬਾਹਰ ਚਲਾ ਜਾਇਆ ਕਰੇ ਤਾਂ ਉਹਨੂੰ ਫੇਰ ਬੰਦਾ ਬਣਾ ਦਿਆ ਕਰੇ ਤੇ ਉਸ ਨਾਲ ਪ੍ਰੇਮ ਲੀਲਾ ਰਜਾਈ ਰਚਾਈ ਰੱਖਿਆ ਕਰੇ ਅਮਰੋ ਦਾ ਪ੍ਰਤੀਕਰਮ ਜਾਣਨ ਲਈ ਉਹ ਚੁੱਪ ਹੋ ਗਿਆ ਤੇ ਫਿਰ ਪੂਰੀ ਦਿਲਚਸਪੀ ਨਾਲ ਸੁਣ ਰਹੀ ਸੀ ਤੇ ਫੇਰ ਕੀ ਅਮਰ ਕੁਰੇ ਮੈਨੂੰ ਵੀ ਅੱਜ ਕਿਸੇ ਨੇ ਮੱਖੀ ਬਣਾ ਲਿਆ ਸੀ ਤੂੰ ਹੁਣ ਹੋਰ ਨਾ ਪੁੱਛੀ ਗੁਰਮੇਲ ਸਿੰਘ ਉਰਫ ਗੇਲੇ ਨੇ ਕਿਹਾ ਤੇ ਅਮਰੋ ਵਾਲ ਪਿੱਟ ਕਰਕੇ ਬਹਿ ਗਿਆ ਧੰਨਵਾਦ ਅਗਲੀ ਕਹਾਣੀ ਹੈ ਧੀਏ ਰਾਜ ਕਰਨਗੀ ਵਿਆਹ ਦਾ ਚਾਹ ਤਾਂ ਸਾਰੀਆਂ ਕੁੜੀਆਂ ਨੂੰ ਹੁੰਦਾ ਪਰ ਮੈਂ ਤਾਂ ਅਜੇ ਹੋਰ ਪੜਨਾ ਚਾਹੁੰਦੀ ਸੀ 10ਵੀਂ ਚ ਮੈਂ ਆਪਣੇ ਸਕੂਲ ਚੋਂ ਪਹਿਲੇ ਨੰਬਰ ਤੇ ਰਹੀ ਸੀ ਪੜਨ ਛੁਛਾਰ ਹੁਣ ਕਰਕੇ ਮੈਂ ਚਾਹੁੰਦੀ ਸੀ ਕਿ ਮੈਂ ਵੀ ਕੁਝ ਬਣਾ ਪਰ ਬਾਪੂ ਤੇ ਤੂੰ ਮੇਰੀ ਪੜ੍ਹਾਈ ਦੇ ਹੱਕ ਚ ਨਹੀਂ ਸੀ 10ਵੀਂ ਤੱਕ ਦਾ ਸਕੂਲ ਪਿੰਡ ਹੀ ਹੋਣ ਕਰਕੇ ਮੈਂ 10ਵੀਂ ਤੱਕ ਕਰ ਲਈ ਪਰ ਇਸ ਤੇ ਅੱਗੇ ਪੜਾਉਣ ਤੇ ਤੁਸੀਂ ਬਿਲਕੁਲ ਹੀ ਇਨਕਾਰ ਕਰ ਦਿੱਤਾ ਮੇਰੇ ਨਾਲ ਦੀਆਂ ਕੁਝ ਕੁੜੀਆਂ ਨੇ ਕਾਲਜ ਦਾਖਲਾ ਲੈ ਲਿਆ ਸੀ ਮੈਂ ਵੀ ਹੋਰ ਪੜਨ ਲਈ ਕਿੰਨਾ ਤਰਲਾ ਲਿਆ ਸੀ ਪਰ ਮਾਂ ਤੈਨੂੰ ਭੋਰਾ ਤਰਸਣਾ ਆਇਆ ਕਿ ਮਾਂ ਤੈਨੂੰ ਆਪਣੀ ਧੀ ਉੱਤੇ ਵਿਸ਼ਵਾਸ ਨਹੀਂ ਸੀ ਤੇ ਕੀ ਸਾਰੀਆਂ ਸੋਹਣੀਆਂ ਤੇ ਮੁਟਿਆਰਾਂ ਕੁੜੀਆਂ ਘਰ ਦੀ ਚਾਰਦੁਵਾਰੀ ਚ ਕੈਦ ਹੋਣੀਆਂ ਚਾਹੀਦੀਆਂ ਤੇ ਫਿਰ ਤੁਸੀਂ ਵੀ ਮੈਨੂੰ ਇਸ ਕਿਸਮ ਦੀ ਕੈਦ ਸੁਣਾ ਦਿੱਤੀ ਮੇਰੀ ਪੜਨ ਦੀ ਰੀਤ ਦੱਬੀ ਗਈ ਕਿਤਾਬਾਂ ਕਾਪੀਆਂ ਦੀ ਥਾਂ ਹੁਣ ਦਰੀਆਂ ਚਾਦਰਾਂ ਨੇ ਲੈ ਲਈ ਮੈਂ ਕਾਪੀਆਂ ਤੋਂ ਸਿੱਖੇ ਚਿੜੀਆਂ ਤੋਤੇ ਦਰੀਆਂ ਚਾਦਰਾਂ ਤੇ ਪਾਉਣ ਲੱਗ ਪਈ ਪਰ ਦਿਲ ਨੂੰ ਤਸੱਲੀ ਨਹੀਂ ਮਿਲ ਰਹੀ ਸੀ ਤੂੰ ਮੇਰੇ ਕੋਲੋਂ ਧੜਾ ਧੜ ਦਾਜ ਤਿਆਰ ਕਰਵਾ ਰਹੀ ਸੀ ਮੈਂ ਇੱਕ ਚੀਜ਼ ਖਤਮ ਕਰਦੀ ਤਾਂ ਤੂੰ ਝਾਟੀ ਦੂਜੀ ਕਰਨ ਨੂੰ ਕਹਿ ਦਿੰਦੀ ਹੁਣ ਬਾਪੂ ਵੀ ਕਦੇ-ਕਦੇ ਤੇਰੇ ਨਾਲ ਮੇਰੇ ਤੋਂ ਚੋਰੀਆਂ ਗੱਲਾਂ ਕਰਨ ਲੱਗ ਪਿਆ ਸੀ ਪਰ ਫਿਰ ਵੀ ਮੈਨੂੰ ਤੁਹਾਡੀ ਕਾਨਾ ਫੋਸੀ ਦੀ ਥੋੜੀ-ਬਹੁਤ ਸਮਝ ਹੀ ਪੈ ਜਾਂਦੀ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਛੇਤੀ ਮੇਰੇ ਲਈ ਵਰ ਕਰ ਲੱਭ ਰਹੇ ਜਿਸ ਦਿਨ ਬਾਪੂ ਨੇ ਕਿਹਾ ਕਿ ਅੱਜ ਤੱਕ ਇੱਥੇ ਬਾਹਰ ਜਾ ਰਹੇ ਹਾਂ ਮੈਂ ਸਮਝ ਜਾਣਾ ਕਿ ਜ਼ਰੂਰੀ ਮੇਰੇ ਲਈ ਰਿਸ਼ਤਾ ਵੇਖਣ ਜਾ ਰਿਹਾ ਤੇ ਫਿਰ ਮੇਰੇ ਲਈ ਤੁਸੀਂ ਵਰ ਘਰ ਪਾਲ ਕੇ ਗੱਲ ਪੱਕੀ ਕਰ ਆਏ ਉਸ ਦਿਨ ਮਾਂ ਤੋਂ ਕਿੰਨੀ ਖੁਸ਼ ਹੋਈ ਸੀ ਜਿਸ ਦਿਨ ਬਾਪੂ ਨੇ ਤੈਨੂੰ ਆ ਕੇ ਗੱਲ ਦੱਸੀ ਸੀ ਤੇ ਤੂੰ ਖੁਸ਼ੀ-ਖੁਸ਼ੀ ਮੈਨੂੰ ਦੱਸਿਆ ਕਿ ਤੇਰੇ ਲਈ ਬਹੁਤ ਵੱਡਾ ਘਰ ਪਾਲਿਆ ਹੈ ਭਰਪੂਰ ਪੂਰਾ 900 ਕਿਲੇ ਪੈਲੀ ਹੈ ਤੇ ਇਹ ਰਾਜ ਕਰੇਗੀ ਰਾਜ ਤੇ ਸੱਚਮੁੱਚ ਉਸ ਦਿਨ ਮੈਂ ਵੀ ਬਹੁਤ ਖੁਸ਼ ਹੋਈ ਸੀ ਮੈਂ ਕਲਪਨਾ ਵਿੱਚ ਹੀ ਆਪਣੇ ਹੋਣ ਵਾਲੇ ਪਤੀ ਦੀ ਮੂਰਤ ਸাকার ਕਰਦੀ ਤੇ ਫਿਰ ਕਦੇ ਘਰ ਬਾਰੇ ਕਿਆਸ ਕਰਦੀ ਕਿ ਹੋ ਜਾਇਆ ਹੋਏਗਾ ਪਰ ਮਾਂ ਮੈਨੂੰ ਬਹੁਤਾ ਚਿਰ ਕਲਪਨਾਵਾਂ ਨਾ ਕਰਨੀਆਂ ਪਈਆਂ ਫੱਗਣ ਦਾ ਤੁਸੀਂ ਮੇਰਾ ਵਿਆਹ ਬੰਨ੍ਹ ਦਿੱਤਾ ਸੀ ਤੇ ਮੈਂ ਅਜੇ ਹੀ ਪੂਰੇ 18 ਬਰਿਆਂ ਦੀ ਵੀ ਨਹੀਂ ਸੀ ਹੋਈ ਜਦੋਂ ਤੁਸੀਂ ਮੈਨੂੰ ਸਹੁਰੇ ਘਰ ਤੋਰ ਦਿੱਤਾ ਤੁਸੀਂ ਤਾਂ ਆਪਣਾ ਫਰਜ਼ ਪੂਰਾ ਕਰਕੇ ਸੁਰਖਰੂ ਹੋ ਗਏ ਮਾਂ ਤੇਰੇ ਦਸਨ ਮੁਤਾਬਕ ਮੇਰਾ ਸਹੁਰਾ ਘਰ ਸੱਚਮੁੱਚ ਹੀ ਵੱਡਾ ਘਰ ਹੈ ਜਮੀਨ ਵੀ 100 ਕਿੱਲੇਈ ਹੈ ਜਿਹੜੀ ਕਿ ਤਿੰਨਾ ਭਰਾਵਾਂ 'ਚ ਵੰਡੀ ਜਾਣੀ ਹੈ ਤੁਸੀਂ ਇਸ ਵੱਡੇ ਘਰ ਦਾ ਵੱਡਾ ਢਿੱਡ ਭਰਨ 'ਚ ਕਸਰ ਕੋਈ ਨਹੀਂ ਛੱਡੀ ਵੀ ਟੋਲੇ ਸੋਨਾ ਐਨਫੀਲਡ ਮੋਟਰਸਾਈਕਲ ਸੋਫਾ ਸੈਟ ਡਬਲ ਬੈੱਡ ਤੇ ਹੋਰ ਨਿੱਕੀਆਂ ਮੁੱਟੀਆਂ ਚੀਜ਼ਾਂ ਵੀ ਇਹਨਾਂ ਨੇ ਦਾਜ ਦੀ ਲਿਸਟ ਭੇਜ ਕੇ ਮੰਗ ਲਈਆਂ ਸੀ ਬਾਪੂ ਵੀ ਸਰਦਾ ਪੁੱਜਦਾ ਸੀ ਤੇ ਨਾਲੇ ਇਕਲौती ਧੀ ਹੋਣ ਕਰਕੇ ਉਹਨੇ ਸਾਰਾ ਕੁਝ ਦੇਣਾ ਪ੍ਰਵਾਨ ਕਰ ਲਿਆ ਸੀ ਮਾਂ ਪਹਿਲਾਂ ਤੋਂ ਪਹਿਲ ਮਾਂ ਵਿਆਹ ਤੋਂ ਪਹਿਲਾਂ ਜਦੋਂ ਇਹ ਸਾਰਾ ਸਮਾਨ ਆਪਣੇ ਘਰ ਲਿਆਂਦਾ ਗਿਆ ਸੀ ਤਾਂ ਤੂੰ ਕਿੰਨੇ ਚਾਣ ਨਾਲ ਹਰ ਇੱਕ ਚੀਜ਼ ਨੂੰ ਹੱਥ ਲਾ ਲਾ ਕੇ ਵੇਖਿਆ ਸੀ ਤੇ ਮੈਨੂੰ ਕਿਹਾ ਸੀ ਆ ਸਾਰਾ ਕੁਇਤਾ ਤੇਰੇ ਸੁੱਖ ਵਾਸਤੇ ਹੀ ਹੈ ਮੇਰੀ ਧੀ ਤਾਂ ਰਾਜ ਕਰੂਗੀ ਰਾਜ ਉਸ ਸਮੇਂ ਤਾਂ ਮੈਂ ਵੀ ਆਪਣੇ ਆਪ ਨੂੰ ਰਾਣੀ ਸਮਝਣ ਲੱਗ ਪਈ ਸੀ ਇਹ ਤੋਂ ਪਹਿਲਾਂ ਇੰਨਾ ਦਾਜ ਦਾ ਸਮਾਨ ਆਪਣੇ ਪਿੰਡ ਦੀ ਕਿਸੇ ਕੁੜੀ ਨੂੰ ਨਹੀਂ ਦਿੱਤਾ ਗਿਆ ਸੀ ਪਰ ਸਹੁਰੇ ਘਰ ਆਉਣ ਤੇ ਮੈਨੂੰ ਪਤਾ ਲੱਗ ਗਿਆ ਕਿ ਦਾਜ ਤੇ ਦਿੱਤਾ ਗਿਆ ਸਮਾਨ ਮੇਰੇ ਸੁੱਖ ਵਾਸਤੇ ਨਹੀਂ ਹੈ ਮੇਰੇ ਕਬਜ਼ੇ 'ਚ ਤਾਂ ਸਿਰਫ ਹੁਣ ਗਾਡਰੇ ਦੀ ਅਲਮਾਰੀ ਰਹਿ ਗਈ ਹੈ ਇਸ ਵਿੱਚ ਹੀ ਮੇਰੇ ਗਹਿਣੇ ਤੇ ਵਰੀ ਦੇ ਕੱਪੜੇ ਹਨ ਗਹਿਣੇ ਵੀ ਸੱਸ ਨੇ ਆਪਣੇ ਹੱਥ ਹੀਟ ਕਰ ਲਏ ਹਨ ਤੇ ਹੁਣ ਮੈਂ ਆਪਣੀ ਅਲਮਾਰੀ ਨੂੰ ਤਾਲਾ ਲਾਉਣ ਦੀ ਜ਼ਰੂਰਤ ਵੀ ਨਹੀਂ ਸਮਝਦੀ ਤੇ ਤੁਹਾਡਾ ਦਿੱਤਾ ਮੋਟਰਸਾਈਕਲ ਪਹਿਲਾਂ ਪਹਿਲ ਤਾਂ ਮੇਰਾ ਸਹੁਰਾ ਸਾਹਿਬ ਤੇ ਦਿਉਰੀ ਭਜਾਈ ਫਿਰਦੇ ਸੀ ਤੇਰੇ ਜਵਾਈ ਤੋਂ ਤਾਂ ਟਰੈਕਟਰ ਦਾ ਕੰਮ ਹੀ ਨਹੀਂ ਮੁੱਕਦਾ ਸੀ ਮਾਂ ਮੇਰਾ ਬਹੁਤ ਹੀ ਦਿਲ ਕਰਦਾ ਸੀ ਕਿ ਮੈਂ ਵੀ ਮੋਟਰਸਾਈਕਲ ਤੇ ਆਪਣੇ ਘਰ ਵਾਲੇ ਦੇ ਮਗਰ ਬੈਠੀ ਹਾਂ ਮੇਰੀ ਇਰੀਜੂ ਪੂਰੀ ਹੋਈ ਸੀ ਸਿਰਫ ਇੱਕ ਵੇਰੀ 3ਾਂ ਤੋਂ ਬਾਅਦ ਜਦੋਂ ਮੈਨੂੰ ਲੈਣ ਆਏ ਤਾਂ ਮੋਟਰਸਾਈਕਲ ਵੇਖ ਕੇ ਮੈਂ ਕਿੰਨੀ ਖੁਸ਼ ਹੋਈ ਸੀ ਉਸ ਦਿਨ ਮੈਂ ਚਾਹੇ ਚਾਹੇ ਸਾਰਾ ਕੰਮ ਕੀਤਾ ਬਾਪੂ ਤੇ ਉਹ ਰਾਤ ਨੂੰ ਬੈਠਕ ਚ ਪੀਂਦੇ ਰਿਹਾ ਅਗਲੇ ਦਿਨ ਚੱਲਣ ਤੋਂ ਪਹਿਲਾਂ ਹੀ ਉਹ ਪਤਾ ਨਹੀਂ ਕਿਹੜੇ ਵੇਲੇ ਰਾਤ ਦੀ ਬਚੀ ਹੋਈ ਸ਼ਰਾਬ ਪੀ ਆਏ ਬਾਪੂ ਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਵੀ ਉਸ ਸਮੇਂ ਪਤਾ ਲੱਗਿਆ ਜਦੋਂ ਮੈਂ ਮਗਰ ਬੈਠ ਗਈ ਸੀ ਤੁਰੰਤ ਸਮੇਂ ਬਾਪੂ ਨੇ ਵੀ ਕਿਹਾ ਸੀ ਕਿ ਸ਼ੇਰਾ ਹੌਲੀ ਹੌਲੀ ਚਲਾਈ ਮਗਰੋਂ ਕੁਝ ਨਹੀਂ ਬਣਦਾ ਬਾਪੂ ਦੀ ਨਸੀਹਤ ਨੇ ਕੁਝ ਸਮੇਂ ਤੱਕ ਤਾਂ ਉਹਨਾਂ ਤੇ ਅਸਰ ਰੱਖਿਆ ਪਰ ਵੱਡੀ ਸੜਕ ਤੇ ਪਹੁੰਚਦੇ ਹੀ ਉਹਨਾਂ ਨੇ ਮੋਟਰਸਾਈਕਲ ਕਾਫੀ ਤੇਜ਼ ਕਰ ਦਿੱਤਾ ਮੈਂ ਪਿੱਛੇ ਬੈਠੀ ਡਰਨਲ ਕੰਬ ਰਹੀ ਸੀ ਤੇ ਉਹਨਾਂ ਨੂੰ ਹੌਲੀ ਚੱਲਣ ਲਈ ਕਹਿ ਰਹੀ ਸੀ ਪਰ ਉਹ ਮੇਰੀ ਆਵਾਜ਼ ਹੀ ਨਹੀਂ ਸੁਣ ਰਹੇ ਸੀ ਅਖੀਰ ਮੈਂ ਡਰ ਕੇ ਮਾਰੇ ਅੱਖਾਂ ਬੰਦ ਕਰਕੇ ਹੀ ਬੈਠ ਗਈ ਤੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਤੇ ਕਿਵੇਂ ਅਸੀਂ ਮੋਟਰਸਾਈਕਲ ਤੋਂ ਬੁੜਕ ਕੇ ਦੂਰ ਰੇਤੇ 'ਚ ਜੰਡ ਗਏ ਪਰਮਾਤਮਾ ਦੀ ਕਿਰਪਾ ਨਾਲ ਟਕੜੀ ਸੱਟ ਤੋਂ ਬਚ ਗਏ ਸਾਂ ਉਸ ਦਿਨ ਮੈਂ ਉਸ ਦਿਨ ਤੋਂ ਮੈਂ ਮੋਟਰਸਾਈਕਲ 'ਤੇ ਨਹੀਂ ਬੈਠੀ ਤੇ ਨਾ ਹੀ ਮੇਰੇ ਸਹੁਰੇ ਘਰ ਮੇਰੇ ਤੇਰੇ ਜੁਵਾਈ ਨੂੰ ਬੈਠਣ ਦਿੱਤਾ ਹੈ ਖੈਰ ਹੁਣ ਤਾਂ ਪੈਟਰੋਲ ਮਹਿੰਗਾ ਹੋਣ ਕਰਕੇ ਉਸ ਵੇਚ ਹੀ ਦਿੱਤਾ ਤੇ ਮੈਂ ਤੁਹਾਡੇ ਦਿੱਤੇ ਡਬਲ ਬੈੱਡ ਉੱਪਰ ਮੈਂ ਇੱਕ ਦਿਨ ਵੀ ਨਹੀਂ ਸੁੱਤੀ ਵਿਆਹ ਤੋਂ ਅਗਲੇ ਦਿਨ ਹੀ ਡਬਲ ਬੈੱਡ ਤੇ ਸੋਫੇ ਦਰਵਾਜ਼ੇ ਵਾਲੀ ਇੱਕ ਬੈਠਕ 'ਚ ਸੈੱਟ ਕਰ ਦਿੱਤੇ ਇਹ ਬੈਠਕ ਆਏ ਗਈ ਲਈ ਰੱਖਵੀਂ ਹੈ ਤੇ ਹੁਣ ਜਿਸ ਤੇ ਮੇਰਾ ਮੇਰੇ ਕਾਲਜ ਪੜ੍ਹਦੇ ਦੀ ਔਰ ਦਾ ਕਬਜ਼ਾ ਹੈ 8ਵੀਂ ਵਿੱਚ ਪੜਦਾ ਮੇਰਾ ਛੋਟਾ ਦਿਓਰ ਵੀ ਇੱਥੇ ਹੀ ਪੜ੍ਹਦਾ ਸਾਡੇ ਸਾਇੰਸ ਮਾਸਟਰ ਦਾ ਵਿਆਹ ਨਵਾਂ-ਨਵਾਂ ਹੋਇਆ ਸੀ ਇੱਕ ਦਿਨ ਸਕੂਲਾਂ ਛੁੱਟੀ ਲੈ ਕੇ ਅਸੀਂ ਤਿੰਨ-ਚਾਰ ਕੁੜੀਆਂ ਉਹਦੀ ਘਰ ਵਾਲੀ ਵੇਖਣ ਚਲੀਆਂ ਗਈਆਂ ਸੀ ਅਸੀਂ ਤਾਂ ਉਹਨਾਂ ਦੇ ਕਮਰੇ ਦੀ ਸਜਾਵਟ ਵੇਖ ਕੇ ਹੈਰਾਨ ਹੀ ਰਹਿ ਗਈਆਂ ਸੀ ਆਪ ਤਾਂ ਉਹ ਹਾਰ ਸ਼ਿੰਗਾਰ ਚ ਸੋਹਣੀ ਲੱਗ ਰਹੀ ਸੀ ਪਰ ਕਮਰਾ ਉਸ ਤੋਂ ਵੱਧ ਸ਼ਿੰਗਾਰਿਆ ਹੋਇਆ ਸੀ ਕਮਰੇ ਦੀ ਹਰ ਚੀਜ਼ ਆਪੋ ਆਪਣੀ ਥਾਂ 'ਤੇ ਪਈ ਸੀ ਕਮਰੇ ਕਮਰੇ 'ਚ ਡਬਲ ਬੈੱਡ ਤੇ ਬਹੁਤ ਹੀ ਸੋਹਣੀ ਚਾਦਰ ਵਿਛੀ ਸੀ ਉੱਪਰ ਦੇ ਸਹਰਾਣੇ ਰੱਖੇ ਸੀ ਕਮਰੇ ਦੀ ਇੱਕ ਨੁੱਕਰੇ ਸ਼ਿੰਗਾਰ ਮੇਜ਼ ਪਿਆ ਸੀ ਦੂਸਰੀ ਨੁਕਰੇ ਮੇਜ ਤੇ ਟ੍ਰਾਂਜਿਸਟਰ ਚੱਲ ਰਿਆ ਸੀ ਬਾਰੀਆਂ ਚ ਬਹੁਤ ਹੀ ਸੋਹਣੇ ਪਰਦੇ ਲਟਕ ਰਹੇ ਸੀ ਕਮਰੇ ਚੋਂ ਅਜੀਬ ਹੀ ਕਿਸਮ ਦੀ ਮਿੱਠੀ ਮਿੱਠੀ ਮਹਿਕ ਆ ਰਹੀ ਸੀ ਸੱਚੀ ਮਾਂ ਉਸ ਦਿਨ ਮੈਂ ਪਹਿਲੀ ਵਾਰ ਸੋਚਿਆ ਕਿ ਮੇਰਾ ਵੀ ਵਿਆਹ ਹੋਵੇ ਤੇ ਮੈਂ ਵੀ ਇਸ ਤਰ੍ਹਾਂ ਸ਼ਿੰਗਾਰ ਕਰਕੇ ਆਪਣੇ ਕਮਰੇ ਨੂੰ ਵੀ ਪੂਰੀ ਤਰ੍ਹਾਂ ਸਜਾ ਕੇ ਰੱਖਿਆ ਕਰਾਂਗਾ ਪਰ ਮਾਂ ਤੂੰ ਹੈਰਾਨ ਹੋਵੇਂਗੀ ਐਡੇ ਵੱਡੇ ਘਰ ਚ ਸਾਡੇ ਦੋਹਾਂ ਜੀਆਂ ਲਈ ਕੋਈ ਕਮਰਾ ਨਹੀਂ ਹੈ ਦੋ ਕਨਾਲਾਂ ਚ ਸਾਡਾ ਘਰ ਹੈ ਕੁੱਝ ਕੁ ਕੰਧਾਂ ਨੂੰ ਛੱਡ ਕੇ ਤਕਰੀਬਨ ਪੱਕਾ ਹੀ ਹੈ ਬਹੁਤ ਵੱਡਾ ਦਰਵਾਜ਼ਾ ਜਿਹਦੇ ਦੋਵੇਂ ਪਾਸੇ ਬੈਠਕਾਂ ਹਨ ਉਹਨਾਂ ਚੋਂ ਇੱਕ ਬੈਠਕ ਮੇਰੇ ਘਰ ਵਾਲੇ ਦੇ ਬਾਪੂ ਜੀ ਤੇ ਦਾਦਾ ਜੀ ਦੀ ਹੈ ਦੂਜੀ ਬੈਠਕ ਮੇਰੇ ਕਾਲਜ ਪੜ੍ਹਦੇ ਦੀ ਔਰ ਦੀ ਵੱਡੀਆਂ ਵੱਡੀਆਂ ਤਿੰਨ ਪੱਕੀਆਂ ਸਵਾਤਾਂ ਹਨ ਇਹਨਾਂ ਚੋਂ ਇੱਕ ਤਾਂ ਸਾਰਾ ਸਾਲ ਤੂੜੀ ਦੀ ਭਰੀ ਰਹਿੰਦੀ ਹੈ ਤੇ ਦੂਜੀ ਸਵਾਤ ਰੁੱਤ ਅਨੁਸਾਰ ਕਣਕ ਛੋਲਿਆਂ ਨਾਲ ਤੀਸਰੀ ਸਵਾਤ ਜਿਹੜੇ ਮੇਰੇ ਸੱਸ ਤੇ ਨਾਨਾ ਸੌਂਦੀ ਹੈ ਇਹਨਾਂ ਸਵਾਤਾਂ ਦੇ ਮੂਹਰੇ ਬਰਾਂਡਾ ਹੈ ਤੇ ਬਰਾਂਡੇ 'ਚ ਦੋਨੋਂ ਪਾਸੇ ਕੋਠੜੀ ਨੁਮਾ ਕਮਰੇ ਆ। ਇਹਨਾਂ 'ਚ ਇੱਕ ਕਮਰਾ ਤਾਂ ਗੁੜ ਤੇ ਹੋਰ ਸਮਾਨ ਵਗੈਰਾ ਨਾਲ ਭਰਿਆ ਰਹਿੰਦਾ ਤੇ ਦੂਜੇ ਕੋਠੜੀ ਨੁਮਾ ਕਮਰੇ 'ਚ ਮੇਰੀ ਗਾਡਰੇਜ ਦੀ ਅਲਮਾਰੀ ਤੇ ਪੇਟੀ ਪਈਆਂ। ਬਸ ਇਹ ਕਮਰਾ ਸਾਨੂੰ ਸਿਆਲ 'ਚ ਅਲਾਟ ਕਰ ਦਿੱਤਾ ਜਾਂਦਾ। ਇੱਥੋਂ ਇੱਥੇ ਦੋ ਨਿੱਕੇ ਨਿੱਕੇ ਮੰਜੇ ਡਾਈ ਹੋਣ ਤਾਂ ਲੰਗਣ ਟੱਪਣ ਨੂੰ ਵੀ ਥਾਂ ਨਹੀਂ ਬਚਦਾ। ਇਸ ਕਮਰੇ 'ਚ ਇੱਕ ਬਾਰ ਤੋਂ ਸਿਵਾਏ ਨਾ ਕੋਈ ਜੰਗਲਾ ਹੈ ਨਾ ਹੀ ਬਾਰੀ। ਦਿਨੇ ਵੀ ਕਮਰੇ ਚ ਨੇ ਰਜਾਈ ਹੋਇਆ ਰਹਿੰਦਾ ਹੁਣ ਦੱਸ ਮੈਂ ਇਸ ਕਮਰੇ ਨੂੰ ਸ਼ਿੰਗਾਰਾ ਤਾਂ ਕੀ ਸ਼ਿੰਗਾਰਾ ਤੇ ਮਾਂ ਹੁਣ ਤੂੰ ਮੇਰੇ ਆਪਣੇ ਸ਼ਿੰਗਾਰ ਦੀ ਗੱਲ ਵੀ ਸੁਣੀ ਲੈ ਤੇਰੀ ਰਾਣੀ ਤੇ ਨੂੰ ਸਾਰੇ ਪਰਿਵਾਰ ਤੋਂ ਪਹਿਲਾਂ ਉੱਠਣਾ ਪੈਂਦਾ ਹੈ 15 ਜੀਆਂ ਲਈ ਚਾਹ ਦਾ ਪਤੀਲਾ ਉਬਾਲ ਕੇ ਸਾਰਿਆਂ ਨੂੰ ਚਾਹ ਸਪਲਾਈ ਕਰਨੀ ਪੈਂਦੀ ਹੈ ਮੇਰੀਆਂ ਨਨਾਨਾ ਤਾਂ ਮੂੰਹ ਧੋਣ ਲਈ ਪਾਣੀ ਵੀ ਮੰਜੇ ਤੇ ਪਈਆਂ ਹੀ ਮੰਗ ਲੈਂਦੀਆਂ ਚਾਹ ਤੋਂ ਬਾਅਦ ਦੋ ਮੱਜਾਂ ਦੀ ਧਾਰ ਵੀ ਮੈਨੂੰ ਕਢਣੀ ਪੈਂਦੀ ਹੈ ਇਹ ਦੋਵੇਂ ਮੱਜਾਂ ਮੇਰੇ ਹੱਥ ਪੈ ਗਈਆਂ ਮੇਰੇ ਦੋਵੇਂ ਦਿਉਰਾਂ ਤੇ ਦੋਨ ਨਾਣਾ ਨੇ ਪੜਨ ਜਾਣਾ ਹੁੰਦਾ ਤੇ ਉਹਨਾਂ ਨੂੰ ਪਹਿਲਾਂ ਰੋਟੀ ਤਿਆਰ ਕਰਕੇ ਦੇਣੀ ਪੈਂਦੀ ਹੈ ਉਸ ਤੋਂ ਬਾਅਦ ਸਾਰੇ ਟੱਬਰ ਦੀ ਰੋਟੀ ਤਿਆਰ ਕਰਕੇ ਭਾਂਡੇ ਮਾਂਜਣ ਤੱਕ ਦਾ ਕੰਮ ਐ ਹੀ ਕਰਦੀਆਂ ਇੱਕ ਸੱਸ ਦੇ ਮੂਰੇ ਕਟਣਾਈ ਕਿੰਨਾ ਔਖਾ ਹੁੰਦਾ ਪਰ ਮੇਰੇ ਤਾਂ ਦੋ ਸੱਸਾਂ ਮੇਰੀ ਸੱਸ ਵੀ ਸੱਸ ਦੀ ਸੱਸ ਵੀ ਜਿਉਂਦੀ ਬੈਠੀ ਹੈ ਤੇ ਸਾਰਾ ਦਿਨ ਕੋਈ ਨਾ ਕੋਈ ਕੰਮ ਕੱਢੀ ਰੱਖਦੀਆਂ ਮਸਾ ਹੀ ਨਹਾਉਣ ਦੀ ਵੇਲ ਮਿਲਦੀ ਹੈ ਹਾਂ ਜੇ ਕਦੇ ਦਿਨੇ ਵਿਹਲੀ ਹੋਈ ਜਾਵਾਂ ਤਾ ਛਾਟੀ ਮੇਰੀ ਵੱਡੀ ਨਨਾਨ ਆਪਣਾ ਕੰਮ ਲੈ ਬੈਠਦੀ ਐ ਮੈਨੂੰ ਵਿਹਲੇ ਸਮੇ ਉਹਦੇ ਨਾਲ ਲੱਗ ਕੇ ਉਹਦਾ ਦਾਜ ਤਿਆਰ ਕਰਵਾਉਣਾ ਪੈ ਰਿਹਾ ਜਦੋਂ ਉਹ ਵਿਆਹੀ ਗਈ ਤਾਂ ਫਿਰ ਦੂਜੀ ਦਾ ਦਾਜ ਤਿਆਰ ਕਰਾਉਣਾ ਪਏਗਾ ਤੇ ਫਿਰ ਤੀਜੀ ਦਾ ਇਸ ਤਰ੍ਹਾਂ ਦਾ ਮੈਂ ਹੁਣ 10 ਸਾਲ ਤੱਕ ਆਪਣੀ ਨਨਾਨਾ ਦੇ ਫੰਦੇ ਚੋਂ ਹੀ ਨਹੀਂ ਨਿਕਲ ਸਕਦੀ ਹੁਣ ਸ਼ਾਇਦ ਤੁਸੀਂ ਸੋਚਦੀ ਹੋਵੋਗੇ ਕਿ ਚਲੋ ਹੋਰ ਸਾਲ 6 ਮਹੀਨਿਆਂ ਤੱਕ ਕੱਢ ਹੋ ਜਾਏ ਪਰ ਇਥੇ ਤਾਂ ਢੂਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਘਰ ਚ ਮੇਰੇ ਸਹੁਰੇ ਦੀ ਚੱਲਦੀ ਐ ਤੇਰਾ ਜਵਾਈ ਤਾਂ ਉਹਨਾਂ ਮੂਰੇ ਝਾਕ ਵੀ ਨਹੀਂ ਸਕਦਾ ਆਡੋ ਹੁੰਨ ਦੀ ਤਾਂ ਉਹਨੇ ਜੁਰਤ ਕਰਨੀ ਕੀ ਐ ਉਹ ਤਾਂ ਸਵੇਰ ਵੇਲੇ ਘਰੋਂ ਟਰੈਕਟਰ ਲੈ ਕੇ ਨਿਕਲ ਜਾਂਦਾ ਪਿੰਡ 'ਚ ਕਿਸੇ ਨੂੰ ਲੈਣ ਦੇਣ ਆਦ ਦਾ ਸਾਰਾ ਕੰਮ ਮੇਰਾ ਸਹਰਾ ਜਾਂ ਕਾਲਜ ਪੜਦਾ ਦਿਉਰੀ ਕਰਦੇ ਆ ਮੇਰੇ ਘਰ ਵਾਲੇ ਦਾ ਤਾਂ ਬਸ ਖੇਤ ਜਾਂ ਟਰੈਕਟਰ ਨਾਲ ਹੀ ਵਾਸਤਾ ਹੈ ਤੇ ਜਦੋਂ ਇਹ ਫੋਰ ਟਰੈਕਟਰ ਲਿਆਂਦਾ ਸੀ ਤਾਂ ਉਹ ਉਦੋਂ ਅਠਵੀਂ 'ਚ ਪੜਦਾ ਸੀ ਬਸ ਉਸ ਦਿਨ ਤੋਂ ਪੜਨੋਂ ਹਟ ਕੇ ਟਰੈਕਟਰ ਚਲਾ ਰਿਹਾ ਹੈ ਹਾਂ ਜੇ ਕਿਸੇ ਦਿਨ ਉਹ ਘਰ ਵੀ ਰਹੇ ਤਾਂ ਮੇਰੇ ਨਾਲ ਗੱਲ ਘੱਟ ਵੱਦੀ ਹੁੰਦੀ ਹੈ ਪਰ ਮੈਂ ਉਸ ਦਿਨ ਮੈਂ ਸਾਰਾ ਕੰਮ ਬੜੀ ਖੁਸ਼ੀ-ਖੁਸ਼ੀ ਕਰਦੀਆਂ ਕਿ ਚਲੋ ਅੱਜ ਕੋਈ ਦੇਖਣ ਆਲਾ ਤਾਂ ਹੈ ਪਰ ਇਸ ਤਰ੍ਹਾਂ ਤਾਂ ਬਹੁਤ ਹੀ ਘੱਟ ਹੁੰਦਾ ਉਹ ਤਾਂ ਅਕਸਰ ਖੇਤਾਂ 'ਚ ਹੀ ਰਹਿੰਦਾ ਤੇ ਸ਼ਾਮ ਨੂੰ ਸੀਰੀਆਂ ਦੇ ਨਾਲ ਹੀ ਘਰ ਮੁੜਦਾ ਉਹਦੇ ਘਰ ਮੁੜਨ ਤੇ ਮੈਂ ਹੋਰ ਕੰਮ ਛੱਡ ਕੇ ਉਹਨੂੰ ਨਹਾਉਣ ਲਈ ਕਰਮ ਪਾਣੀ ਰੱਖ ਦਿੰਨੀ ਆ ਉਹ ਨਹਾ ਕੇ ਸਿੱਧਾ ਬੈਠਕ 'ਚ ਚਲਾ ਜਾਂਦਾ ਉੱਥੇ ਆਪਣੇ ਕਾਲਜੀਏ ਭਰਾ ਤੇ ਬਾਪੂ ਨਾਲ ਪੀਣ ਬੈਠ ਜਾਂਦਾ ਖੇਤਾਂ 'ਚ ਉਹ ਸੀਰੀਆਂ ਤੋਂ ਦੇਸੀ ਸ਼ਰਾਬ ਘੜਵਾ ਲੈਂਦੇ ਆ ਤੇ ਇਹ ਸ਼ਰਾਬ ਪੀਣ ਦਾ ਦੌਰ ਰੋਜ਼ਾਨਾ ਹੀ ਚੱਲਦਾ ਹੈ बैठक ਚ ਵੀ ਉਹ ਤਿੰਨੇ ਰੋਟੀ ਖਾਂਦੇ ਆ ਤੇ ਆਪਣੇ ਕਾਰੋਬਾਰ ਦੀਆਂ ਗੱਲਾਂ ਕਰਦੇ ਆ ਆਪਣਾ ਕੰਮ ਖਤਮ ਕਰਕੇ ਮੈਂ ਉਹਨੂੰ ਉਡੀਕਦੀ ਰਹਿੰਦੀ ਆ ਤੇ ਕਈ ਵਾਰ ਉਹ ਬਹੁਤ ਸ਼ਰਾਬੀ ਹੋਇਆ ਪਹਿਲਾਂ ਹੀ ਮੰਜੇ ਤੇ ਆ ਟਿਕਦਾ ਮੈਂ ਹੀ ਪੱਗ ਤੇ ਜੁੱਤੀ ਲਾ ਕੇ ਰੱਖਦੀ ਆ ਉਹਨੂੰ ਕੋਈ ਹੋਸ਼ ਨਹੀਂ ਹੁੰਦੀ ਮੇਰੇ ਬਾਰ-ਬਾਰ ਲਾਉਣ ਤੇ ਜਾਂ ਬੁਲਾਉਣ ਤੇ ਉਹਨੂੰ ਸੁਰਤ ਨਹੀਂ ਆਉਂਦੀ ਤੇ ਫਿਰ ਮੇਰਾ ਦਿਲ ਕੰਬ ਜਾਂਦਾ ਵੱਖ-ਵੱਖ ਤਰ੍ਹਾਂ ਦੇ ਡਰਾਉਣੇ ਖਿਆਲ ਆ ਚੰਬੜਦੇ ਆ ਮੈਂ ਉਹਨਾਂ ਦਾ ਸਿਰ ਆਪਣੀ ਗੋੱਚ ਚ ਰੱਖ ਕੇ ਉਹਨਾਂ ਦੇ ਹੋਸ਼ ਚ ਆਉਣ ਦੀ ਉਡੀਕ ਕਰਦੀ ਰਹਿੰਦੀ ਆ ਉਸ ਸਮੇਂ ਸਾਰਾ ਟੱਬਰ ਬੇਫਿਕਰ ਹੋ ਕੇ ਕੁੜਾੜੇ ਮਾਰ ਰਿਹਾ ਹੁੰਦਾ ਉਸ ਸਮੇਂ ਜੋ ਮੇਰੀ ਹਾਲਤ ਹੁੰਦੀ ਉਹ ਸਿਰਫ ਮੈਂ ਹੀ ਜਾਣ ਸਕਦੀਆਂ ਮਾਂ ਸਿਰਫ ਮੈਂ ਤੇ ਹੁਣ ਤੂੰ ਹੀ ਦੱਸ ਕਿ ਕੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਨੂੰ ਹੀ ਰਾਜ ਕਰਨਾ ਆਖਦੇ ਨੇ ਧੰਨਵਾਦ